कवन कवन गुण कह कह गावां, तू साहिब गुणी निदाना, तुमरी महिमा बरन ना साकों, तू ठाकुर ऊच भगवाना, जेहवा एक होए लख कोटि, लख कोटे कोट त्यावै गो, सास फनी जपियो शेख नागे, हर जपत्या अंत ना पावे गो, जिता जियो पिंड सब तेरा, तू अंतर जामी पुरख भगवान, दासन दास कह जन नानक, जेहा तू कराए तेहा हाँ करी वखियां, दासन दास कह जन नानक, जेहा तू कराए तेहा हाँ करी वखियां। पैरों अष्टपदियां महला पहला, घर दूजा नानक हमें रोग बुरे, जह देखा ते एका बेदना, आपे बख्शे शब्द तुरे। वाहे गुरु जी का खालसा, वाहे गुरु जी की फतेह। धन धन साहिब श्री गुरु ग्रंथ साहिब जी दी पावन पवित्र हजूरी विच सजी होई गुरु प्यार वाली गुरु स्वाजी सवारी साजी निवाजी गुरु की साध संगत, आप जी धनता दे योग हो, बाला प्रीतम साहिब श्री गुरु हरिकृष्ण साहिब जी दे महान पावन पवित्र अस्थान गुरुद्वारा बंगला साहिब विखे अमृत वेले तो हाजरियां भर के सेवा सिमरन करदे होए, आशा की वार दे अमृतमय बाणी कीर्तन सरवण करके उपरंत सिंह साहिब ज्ञानी रणजीत सिंह जी दी रसना तो अज दे लड़ीवार जो पावन उपदेश गुरुदेव पातशाह जी बख्शिश कर रहे ने, उस दे मूल पाठ सरवण कीते हन। आओ सतगुरु पातशाह दी पावन गोद विच सज के जो साहिब सानू कलयुगी जीवां नू इस भवजल संसार तो पार होने वास्ते
ਜੀਵਨ ਦੇ ਸਫਲ ਆਉਣ ਦੇ ਵਾਸਤੇ, ਜੀਵਨ ਨੂੰ ਧੰਤਾ ਦੇ ਯੋਗ ਬਣਾਉਣ ਵਾਸਤੇ ਜੋ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਉਸ ਦੀ ਵਿਚਾਰ ਕਹਿਣ ਸੁਣਨ ਦੇ ਲਈ ਰਸਨਾ ਨੂੰ ਪਵਿੱਤਰ ਕਰ ਲਈਏ, ਕੋਈ ਰਸਨਾ ਖਾਲੀ ਨਾ ਰਹੇ। ਜਿੱਥੇ ਜਿੱਥੇ ਵੀ ਆਪ ਜੀ ਆਵਾਜ਼ ਸਰਵਣ ਕਰ ਰਹੇ ਹੋ, ਪਿਆਰ ਵਿੱਚ ਭਿੱਜ ਕੇ ਬੁਲਾਓ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਨਾਨਕ ਹਉਮੈ ਰੋਗ ਬੁਰੇ, ਸਤਿਗੁਰੂ ਪਾਤਸ਼ਾਹ ਜੀ ਭੈਰੋ ਰਾਗ ਦੇ ਵਿੱਚ ਇਹ ਪਾਵਨ ਪਵਿੱਤਰ ਅੰਮ੍ਰਿਤ ਬਚਨ ਬਖਸ਼ਿਸ਼ ਕਰ ਰਹੇ ਹਨ। ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਨਾਨਕ ਨਿਰੰਕਾਰੀ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਗੁਰੂ ਪਾਤਸ਼ਾਹ ਨੇ ਅੰਮ੍ਰਿਤਮਈ ਬਾਣੀ ਸਾਨੂੰ ਬਖਸ਼ਿਸ਼ ਕੀਤੀ ਹੈ। ਸ਼ਬਦ ਦੀ ਪ੍ਰਾਰੰਭਤਾ ਤੋਂ ਪਹਿਲੋਂ ਸਤਿਗੁਰੂ ਪਾਤਸ਼ਾਹ ਜੀ ਨੇ ਵਸਤੂ ਨਿਰਦੇਸ਼ਕ ਮੰਗਲ ਉਚਾਰਨ ਕੀਤਾ ਹੈ। ਇੱਕ ਅਕਾਲ ਪੁਰਖ ਅਦੁੱਤੀਯ ਬ੍ਰਹਮ ਸਰੂਪ ਜੋ ਤਿੰਨਾਂ ਕਾਲਾਂ ਵਿੱਚ ਸੱਤ ਹੈ, ਸਰਵ ਸ਼ਕਤੀਮਾਨ ਸਰਵ ਵਿਆਪਕ ਹੈ, ਅਗਿਆਨਤਾ ਦਾ ਨਾਸ਼ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ। ਉਸ ਵਾਹਿਗੁਰੂ, ਉਸ ਮਾਲਕ ਪ੍ਰਭੂ ਦੀ ਕਿਰਪਾ, ਪ੍ਰਭੂ ਦੀ ਬਖਸ਼ਿਸ਼, ਪ੍ਰਭੂ ਦੀ ਪ੍ਰਾਪਤੀ, ਉਸ ਨਿਰੰਕਾਰ ਦੀ ਕਿਰਪਾ ਦੁਆਰਾ ਜੀਵਨ ਨੂੰ ਪ੍ਰਾਪਤ ਹੁੰਦੀ ਹੈ। ਜਿਸ ਦੇ ਉੱਤੇ ਸਤਿਗੁਰੂ ਦੀ ਰਹਿਮਤ ਬਣ ਜਾਏ, ਬਖਸ਼ਿਸ਼ ਬਣ ਜਾਏ, ਉਹ ਇਸ ਮਨੁੱਖਾ ਜੀਵਨ ਨੂੰ ਗੁਰੂ ਦੇ ਆਸ਼ੇ ਦੇ ਅਨੁਸਾਰ ਜਿਉਣ ਦਾ ਯਤਨ ਕਰਦਾ ਹੈ, ਗੁਰੂ ਦੇ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਢਾਲਣ ਦਾ ਯਤਨ ਕਰਦਾ ਹੈ ਤੇ ਆਪਣਾ ਹਰ ਕਦਮ ਪਰਉਪਕਾਰ ਦੇ ਵਾਸਤੇ, ਹਰ ਸੇਵਾ ਸਿਮਰਨ ਦੇ ਵਾਸਤੇ ਬਤੀਤ ਕਰਕੇ ਇਸ ਮਨੁੱਖਾ ਜਨਮ ਨੂੰ ਮਾਲਕ ਦੇ ਚਰਨਾਂ ਵਿੱਚ ਅਭੇਦ ਪ੍ਰਾਪਤ ਕਰਨ ਵਾਸਤੇ ਯਤਨ ਕਰਦਾ ਹੈ। ਭੈਰੋ ਰਾਗ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਅਸ਼ਟਪਦੀਆਂ ਸ਼ਬਦ ਉਚਾਰਨ ਕੀਤਾ ਹੈ। ਜਿਸ ਪ੍ਰਕਾਰ ਸ਼ਬਦ ਇੱਕ ਤੁਕਾ, ਦੋ ਤੁਕੇ, ਤੇ ਤੁਕੀ, ਚੌਪਦੇ, ਪੰਚ ਪਦੇ ਆਦਿਕ ਸ਼ਬਦ ਹੈ, ਇਹ ਅਸ਼ਟਪਦੀਆਂ ਅੱਠਾਂ ਪਦਾਂ ਦਾ ਸ਼ਬਦ ਆਮ ਕਿਹਾ ਜਾਂਦਾ ਵਿਦਵਾਨਾਂ ਦੇ ਵੱਲੋਂ, ਔਰ ਨੌਵਾਂ ਜੋ ਪਦ ਹੈ ਇਸ ਸ਼ਬਦ ਦਾ, ਉਹ ਗੁਰਦੇਵ ਪਾਤਸ਼ਾਹ ਜੀ ਸਾਨੂੰ ਉੱਤਰ ਬਖਸ਼ਿਸ਼ ਕਰਦੇ ਨੇ, ਕੁਐਸਚਨ ਦਾ ਅਨਸਰ ਬਖਸ਼ਿਸ਼ ਕਰਦੇ ਹਨ। ਇਹ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਉਚਾਰਨ ਕੀਤੀ ਹੋਈ ਹੈ, ਜੋ ਸਤਿਗੁਰੂ ਪਾਤਸ਼ਾਹ ਜੀ ਨੇ ਰਾਗੀ ਸਿੰਘਾਂ ਦੇ ਵਾਸਤੇ ਦੂਸਰੇ ਘਰ ਸੁਰ ਤਾਲ ਦੇ ਵਿੱਚ ਉਚਾਰਨ ਕਰਨ ਦੀ ਹਦਾਇਤ ਕੀਤੀ ਹੈ। ਇਸ ਪਾਵਨ ਪਵਿੱਤਰ ਬਚਨ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਰਹਾਉ ਦੀਆਂ ਪੰਕਤੀਆਂ ਬਖਸ਼ਿਸ਼ ਕੀਤੀਆਂ ਨੇ। ਜੋ ਸ਼ਬਦ ਦਾ ਸਿਧਾਂਤ ਹੈ, ਸ਼ਬਦ ਦਾ ਧੁਰਾ ਹੈ, ਸ਼ਬਦ ਦੀ ਸੁਗੰਧੀ ਮਕਰੰਦ ਕਹਿ ਲਓ ਕਿ ਸਾਰਾ ਸ਼ਬਦ, ਇਸੇ ਦੇ ਅਨੁਸਾਰ ਹੀ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਔਰ ਇਸ ਰਹਾਉ ਦੀਆਂ ਪੰਕਤੀਆਂ ਵਿੱਚ ਮੇਰੇ ਗੁਰਦੇਵ ਪਾਤਸ਼ਾਹ ਜੀ ਨੇ ਇਹ ਅੰਮ੍ਰਿਤ ਬਚਨ ਕਹੇ, ਨਾਨਕ ਹਉਮੈ ਰੋਗ ਬੁਰੇ, ਨਾਨਕ ਹੇ ਨਾਨਕ ਹਉਮੈ ਰੋਗ ਬੁਰੇ, ਹਉਮੈ ਤੋਂ ਪੈਦਾ ਹੋਣ ਵਾਲੇ ਜਿਹੜੇ ਰੋਗ ਨੇ ਨਾ, ਉਹ ਬਹੁਤ ਬੁਰੇ ਨੇ, ਬਹੁਤ ਭੈੜੇ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਇਹ ਸਾਰੀ ਅਸ਼ਟਪਦੀ, ਜਿਤਨਾ ਵੀ ਕਾਇਨਾਤ ਹੈ, ਜਿਤਨਾ ਵੀ ਸਾਰਾ ਸੰਸਾਰ ਹੈ, ਚਾਹੇ ਉਹ ਜੀਵ ਕੋਟੀ ਦੇ ਵਿੱਚ ਹੈ, ਚਾਹੇ ਅਵਤਾਰ ਕੋਟੀ ਦੇ ਵਿੱਚ ਹੈ, ਤੇ ਗੁਰਦੇਵ ਪਾਤਸ਼ਾਹ ਨੇ ਤੇ ਧਰਤੀ ਆਕਾਸ਼ ਪਤਾਲ ਆਦਿਕ ਦੇ ਵੀ ਬਚਨ ਕਹਿ ਕੇ
ਇਹ ਪਾਵਨ ਬਚਨ ਕਹਿ ਦਿੱਤੇ ਨੇ ਕਿ ਸਾਰੇ ਰੋਗਾਂ ਦੇ ਵਿੱਚ ਹੀ ਗਲਸੇ ਹੋਏ ਨੇ। ਇਸੇ ਲਈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਪਾਵਨ ਪਵਿੱਤਰ ਬਚਨਾਂ ਵਿੱਚ ਜੋ ਜੋ ਦਿਸੈ ਸੋ ਸੋ ਰੋਗੀ, ਜੋ ਜੋ ਵੀ ਦਿਸਦਾ ਹੈ, ਜਿਸ ਨੂੰ ਵੀ ਅਸੀਂ ਦੇਖਦੇ ਹਾਂ, ਉਹ ਸਾਰੇ ਰੋਗੀ ਨੇ, ਰੋਗਾਂ ਦੇ ਵਿੱਚ ਗ੍ਰਸਤ ਹੋਏ ਹੋਏ ਨੇ। ਅਨੇਕ ਪ੍ਰਕਾਰ ਦੇ ਰੋਗਾਂ ਵਿੱਚ ਮਨੁੱਖ ਗ੍ਰਸਤ ਹੋਇਆ। ਹੋਮੀ ਦਾ ਰੋਗ ਭਿਆਨਕ ਰੋਗ ਹੈ। ਕਹਿੰਦੇ ਰੋਗਾਂ ਤੋਂ ਕੋਈ ਰਹਿਤ ਵੀ ਹੋ ਸਕਦਾ ਹੈ? ਮੇਰੇ ਸਾਹਿਬ ਕਹਿੰਦੇ ਹਾਂ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਰੋਗਾਂ ਤੋਂ ਰਹਿਤ ਮੇਰਾ ਸਤਿਗੁਰੂ ਨਿਰੰਕਾਰ ਪ੍ਰਭੂ ਹੈ। ਕੋਈ ਹੋਰ ਵੀ ਹੈ? ਕਹਿੰਦੇ ਹਾਂ। ਉਹ ਕੌਣ ਹੈ? ਜੋਗੀ ਜਿਹੜਾ ਜੁੜਿਆ ਹੋਇਆ ਹੋਇਆ, ਜੋਗੀ ਤੋਂ ਭਾਵ ਜੁੜਨ ਦਾ ਹੈ, ਜਿਹੜਾ ਗੁਰੂ ਦੇ ਨਾਲ ਜੁੜ ਗਿਆ, ਸ਼ਬਦ ਨਾਲ ਜੁੜ ਗਿਆ, ਸੰਗਤ ਨਾਲ ਜੁੜ ਗਿਆ, ਸਿਮਰਨ ਦੇ ਨਾਲ ਜੁੜ ਗਿਆ, ਉਹ ਰੋਗਾਂ ਤੋਂ ਰਹਿਤ ਹੋ ਜਾਏਗਾ। ਇਸੇ ਲਈ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੇ ਬੜੇ ਪਿਆਰੇ ਬਚਨ ਕਹੇ ਗੁਰਬਾਣੀ ਵਿੱਚ ਸਾਨੂੰ ਕਲਯੁਗੀ ਜੀਵਾਂ ਨੂੰ ਸਮਝਾਉਣ ਵਾਸਤੇ। ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ। ਹਉਮੈ ਜਿਹੜਾ ਰੋਗ ਹੈ ਨਾ, ਬੜਾ ਭਿਆਨਕ ਰੋਗ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਉਮੈ ਨਾਨਕ ਹਉਮੈ ਰੋਗ ਬੁਰੇ। ਇਹ ਦੀਰਘ ਰੋਗ ਜਿਹੜਾ ਬਹੁਤ ਭਿਆਨਕ ਰੋਗ ਹੈ। ਦੀਰਘ ਰੋਗ ਉਸਨੂੰ ਕਹਿੰਦੇ ਨੇ ਜਿਹੜਾ ਬਹੁਤ ਜ਼ਿਆਦਾ ਲੰਮਾ ਹੁੰਦਾ ਹੈ। ਜਿਵੇਂ ਕਿਸੇ ਮਨੁੱਖ ਨੇ, ਉਹ ਪਹਿਲੇ ਦਿਨ ਕਿਸੇ ਕੋਈ ਸੰਗਤ ਦੇ ਵਿੱਚ ਚਲੇ ਗਿਆ, ਕਿਸੇ ਨਸ਼ੇ ਦੇ ਵਿੱਚ ਆਦੀ ਹੋ ਗਿਆ, ਪਹਿਲੇ ਦਿਨ ਉਸਨੇ ਨਸ਼ਾ ਕੀਤਾ, ਦੂਸਰੇ ਦਿਨ ਨਸ਼ਾ ਕੀਤਾ, ਤੀਸਰੇ ਦਿਨ ਨਸ਼ਾ ਕੀਤਾ, ਹੌਲੀ ਹੌਲੀ ਨਸ਼ੇ ਦਾ ਉਸਨੂੰ ਇੱਕ ਰੋਗ ਚੰਬੜ ਗਿਆ। ਉਹ ਐਸਾ ਭਿਆਨਕ ਨਸ਼ੇ ਦਾ ਰੋਗ ਲੱਗਿਆ, ਸ਼ਰਾਬ ਦਾ ਰੋਗ ਲੱਗਿਆ, ਜੂਏ ਦਾ ਰੋਗ ਲੱਗਿਆ, ਮਾੜੀ ਸੰਗਤ ਦਾ ਰੋਗ ਲੱਗਿਆ। ਉਹ ਰੋਗ ਉਹਦੇ ਜੀਵਨ ਦੇ ਨਸ ਨਸ ਦੇ ਵਿੱਚ ਰਸ ਗਿਆ। ਸਰੀਰ ਦਾ ਅੰਤ ਹੋ ਗਿਆ, ਪਰ ਰੋਗ ਦੀ ਨਿਵਿਰਤੀ ਨਹੀਂ ਹੋ ਸਕੀ, ਕਿਉਂਕਿ ਦੀਰਘ ਰੋਗ ਹੈ, ਇਹ ਖਤਮ ਹੋਣ ਵਿੱਚ ਨਹੀਂ ਆਉਂਦਾ ਹੈ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਦਾਰੂ ਪੀ ਇਸ ਮਾਹੇ। ਪਰ ਇਹ ਜਿਹੜਾ ਭਿਆਨਕ ਰੋਗ ਹੈ ਨਾ ਹਉਮੈ ਦਾ, ਦਾਰੂ ਵੀ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਦੇ ਵਿੱਚ ਹੀ ਸਾਨੂੰ ਬਖਸ਼ਿਸ਼ ਕੀਤਾ ਹੈ। ਦਾਰੂ ਕਿਹੜਾ ਇਸ ਹਉਮੈ ਦੇ ਰੋਗ ਦਾ? ਸਾਹਿਬ ਕਹਿੰਦੇ ਕਿਰਪਾ ਕਰਹੇ ਜੇ ਆਪਣੀ ਤਾਂ ਗੁਰ ਕਾ ਬਚਨ ਕਮਾਹੇ। ਜੇ ਗੁਰੂ ਬਖਸ਼ਿਸ਼ ਕਰ ਦੇਵੇ, ਕਿਰਪਾ ਕਰ ਦੇਵੇ, ਰਹਿਮਤ ਕਰ ਦੇਵੇ, ਤੇ ਰਹਿਮਤ ਦਾ ਫਿਰ ਉਹ ਨਤੀਜਾ ਕੀ ਹੁੰਦਾ ਹੈ? ਬਚਨ ਕਮਾਹੇ। ਗੁਰੂ ਕਾ ਬਚਨ ਕਮਾ ਲੈਂਦਾ ਹੈ ਸਿੱਖ, ਬਚਨਾਂ ਨੂੰ ਮੰਨ ਲੈਂਦਾ, ਆਪਣੇ ਜੀਵਨ ਵਿੱਚ ਧਾਰਨ ਕਰ ਲੈਂਦਾ ਹੈ। ਤੇ ਜਦੋਂ ਗੁਰੂ ਕਾ ਬਚਨ ਮਨ ਵਿੱਚ ਵਸ ਗਿਆ ਨਾ, ਫਿਰ ਹਉਮੈ ਦਾ ਰੋਗ ਨਹੀਂ ਆ ਸਕੇਗਾ। ਕਿਉਂ ਨਹੀਂ ਆ ਸਕੇਗਾ? ਕਿਉਂਕਿ ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸ ਹੈ ਇਕਠਾਏ। ਹਉਮੈ ਦਾ ਪਰਮਾਤਮਾ ਦੇ ਨਾਲ ਵਿਰੋਧਾ ਭਾਵ ਹੈ। ਜਿਸ ਅੰਦਰ ਹਉਮੈ ਵਸ ਗਈ, ਉੱਥੇ ਨਾਮ ਨਹੀਂ ਵਸੇਗਾ। ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਜੀਵਨ ਬਿਰਥਾ ਜਾਏ। ਜੇ ਅੰਦਰ ਹਉਮੈ ਆ ਨਾ, ਤੇ ਅਸੀਂ ਸੇਵਾ ਕਰਦੇ ਹਾਂ, ਉਹ ਸੇਵਾ ਕਰਦੇ ਹਾਂ ਵੀ ਜੇ ਮਨ ਵਿੱਚ ਹਉਮੈ ਆ ਗਈ ਤੇ ਜੀਵਨ ਬੇਅਰਥ ਚਲੇ ਜਾਣਾ। ਕਿਉਂਕਿ ਹਰ ਜੀਓ ਅਹੰਕਾਰ ਨਾ ਭਾਵਈ। ਗੁਰੂ ਨੂੰ ਅਹੰਕਾਰ ਨਹੀਂ ਚੰਗਾ ਲੱਗਦਾ, ਹਉਮੈ ਨਹੀਂ ਚੰਗੀ ਲੱਗਦੀ ਗੁਰੂ ਨੂੰ। ਤੇ ਜੇ ਸੇਵਾ ਕਰਦਿਆਂ ਕਰਦਿਆਂ ਵੀ ਹਉਮੈ ਆ ਗਈ, ਕਈ ਵਾਰੀ ਹਉਮੈ ਆ ਜਾਂਦੀ ਹੈ। ਅੰਮ੍ਰਿਤ ਵੇਲੇ ਜਾਗਣ ਵਾਲਾ ਵੀ ਸਿੱਖ ਹਉਮੈ ਕਰ ਬੈਠਦਾ ਕਿ ਮੈਂ ਤੇ ਅੰਮ੍ਰਿਤ ਵੇਲੇ 1 ਵਜੇ ਜਾਗਦਾ, ਇਹ 6 ਵਜੇ ਜਾਗਦਾ, ਮੈਂ ਇੰਨੇ ਘੰਟੇ ਸੇਵਾ ਕਰਦਾ, ਇਹਨੇ ਤੇ ਕਦੇ ਕੋਈ ਕੌਲਾ ਮਾਂਜਿਆ ਹੀ ਨਹੀਂ, ਮੈਂ ਸੰਗਤਾਂ ਦੇ ਜੋੜੇ ਝਾੜਦਾ ਹੈ। ਜਦੋਂ ਮੈਂ ਆ ਜਾਂਦੀ ਆ ਨਾ, ਉਦੋਂ ਸਾਰਾ ਕੁਝ ਹੀ ਖਤਮ ਹੋ ਜਾਂਦਾ ਹੈ।
ਇਸੇ ਲਈ ਗੁਰਦੇਵ ਪਾਤਸ਼ਾਹ ਕਹਿੰਦੇ ਜੇ ਸੇਵਾ ਕਰਨੀ ਹੈ ਨਾ ਤੇ ਫਿਰ ਕਿਵੇਂ ਕਰਨੀ, ਸੇਵਾ ਕਰਤ ਹੋਏ ਨੇਹ ਕਾਮੀ ਇਸ ਕੋ ਹੋਤ ਪ੍ਰਾਪਤ ਸੁਆਮੀ, ਕਾਮਨਾ ਤੋਂ ਰਹਿਤ ਹੋ ਕੇ ਸੇਵਾ ਕਰਨੀ ਹੈ ਤੇ ਕਾਮਨਾ ਤੋਂ ਰਹਿਤ ਹੋ ਕੇ ਕੀਤੀ ਸੇਵਾ ਸੁਆਮੀ ਮਾਲਕ ਪ੍ਰਾਪਤ ਹੋ ਜਾਂਦਾ। ਤੇ ਜਦੋਂ ਮਾਲਕ ਦੀ ਪ੍ਰਾਪਤੀ ਹੋ ਗਈ ਇਹ ਦੁਨੀਆਂ ਦੇ ਪਦਾਰਥ ਤੇ ਆਪਣੇ ਆਪ ਹੀ ਪ੍ਰਾਪਤ ਹੋ ਜਾਣਗੇ ਨਾ, ਜਿੱਥੇ ਮਾਲਕ ਖੁਦ ਆ ਗਿਆ ਹੈ ਉੱਥੇ ਸਾਰੀਆਂ ਵਸਤੂਆਂ ਆਪਣੇ ਆਪ ਮਿਲ ਜਾਣੀਆਂ ਨੇ। ਇਸੇ ਲਈ ਜਦੋਂ ਅਸੀਂ ਮਾਲੀ ਬਾਗ ਨੂੰ ਖਰੀਦ ਲੈਂਦਾ ਹੈ ਨਾ ਤੇ ਉਸ ਨੂੰ ਛਾਂ ਨਹੀਂ ਖਰੀਦਣੀ ਪੈਂਦੀ, ਫੁੱਲ ਨਹੀਂ ਖਰੀਦਣੇ ਪੈਂਦੇ, ਫਲ ਨਹੀਂ ਖਰੀਦਣੇ ਪੈਂਦੇ, ਸਾਰਾ ਕੁਝ ਆਪਣੇ ਆਪ ਹੀ ਆ ਜਾਂਦਾ ਹੈ। ਜਦੋਂ ਟਕਸਾਲ ਦੀ ਪ੍ਰਾਪਤੀ ਹੋ ਜਾਏ ਤੇ ਸਿੱਕਿਆਂ ਦੀ ਕਮੀ ਨਹੀਂ ਰਹਿੰਦੀ ਹੈ, ਆਪਣੇ ਆਪ ਹੀ ਮਿਲ ਜਾਂਦੇ ਨੇ ਸਾਰੇ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਗੁਰੂ ਕਾ ਉਪਦੇਸ਼ ਕਮਾਉਣਾ, ਗੁਰੂ ਦੇ ਸ਼ਬਦ ਨੂੰ ਕਮਾਉਣਾ ਹੈ। ਔਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਹੋਮੇ ਦੇ ਰੋਗ ਬੜੇ ਭਿਆਨਕ ਨੇ, ਇਹਨਾਂ ਤੋਂ ਛੁਟਕਾਰਾ ਪਾਉਣਾ ਬਹੁਤ ਔਖਾ ਹੈ, ਪਰ ਜੇ ਸੰਗਤ ਵਿੱਚ ਆ ਜਾਈਏ, ਜੇ ਗੁਰੂ ਕੇ ਸ਼ਬਦ ਨਾਲ ਜੁੜ ਜਾਈਏ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਦੀਵਾਨ ਸਜਿਆ ਹੋਇਆ ਤੇ ਗੁਰਦੇਵ ਪਾਤਸ਼ਾਹ ਜੀ ਕਹਿਣ ਲੱਗੇ ਸਿੱਖਾਂ ਨੂੰ, ਭਾਈ ਸਿੱਖੋ ਜੇ ਜੰਗਲ ਵਿੱਚ ਅੱਗ ਲੱਗ ਜਾਏ ਤੇ ਜੰਗਲ ਵਿੱਚ ਰਹਿਣ ਵਾਲੇ ਜਿਹੜੇ ਜਾਨਵਰ ਨੇ ਉਹ ਕਿੱਥੇ ਜਾਂਦੇ ਨੇ, ਜਾਨਵਰ ਕਿੱਥੇ ਜਾਂਦੇ ਨੇ? ਕਹਿਣ ਲੱਗੇ ਪਾਤਸ਼ਾਹ ਜੀ ਉਹ ਜਿਹੜੀਆਂ ਜੰਗਲ ਵਿੱਚ ਨਦੀਆਂ ਚੱਲਦੀਆਂ ਨੇ ਨਾ, ਉਹ ਨਦੀਆਂ ਦੇ ਪਾਣੀ ਵਿੱਚ ਜਾ ਕੇ ਖਲੋ ਜਾਂਦੇ ਨੇ ਤੇ ਅੱਗ ਪਾਣੀ ਦੇ ਉੱਤੇ ਅਸਰ ਨਹੀਂ ਕਰ ਸਕਦੀ, ਅੱਗ ਪਾਣੀ ਦੇ ਨੇੜੇ ਨਹੀਂ ਆ ਸਕਦੀ ਹੈ। ਤੇ ਸਾਹਿਬ ਕਹਿੰਦੇ ਜਦੋਂ ਹੋਮੇ ਸਤਾਵੇ ਨਾ, ਹੋਮੇ ਦੇ ਰੋਗ ਜੀਵ ਨੂੰ ਗ੍ਰਸਤ ਕਰਨ, ਸ਼ੁਭ ਕਰਮਾਂ ਦੇ ਵਿੱਚ ਵੀ ਹੋਮੇ ਆ ਜਾਏ, ਉਦੋਂ ਫਿਰ ਸੰਗਤ ਰੂਪੀ ਨਦੀ ਵਿੱਚ ਆ ਜਾਣਾ ਚਾਹੀਦਾ। ਉਦੋਂ ਗੁਰੂ ਕੀ ਸੰਗਤ ਰੂਪੀ ਨਦੀ ਵਿੱਚ ਆ ਜਾਣਾ ਚਾਹੀਦਾ। ਪਰ ਸੰਗਤ ਵਿੱਚ ਵੱਡ ਭਾਗੀ ਆਉਂਦੇ ਨੇ, ਮਾੜੇ ਭਾਗਾਂ ਵਾਲਾ ਤੇ ਸੰਗਤ ਵਿੱਚ ਵੀ ਨਹੀਂ ਆ ਸਕਦਾ। ਇਸੇ ਲਈ ਆਪ ਜੀ ਕਈ ਵਾਰੀ ਬਚਨ ਸਰਵਣ ਕਰਦੇ ਹੋ ਨਾ, ਵੱਡ ਭਾਗੀ ਹਰ ਸੰਗਤ ਪਾਵੇ, ਭਾਗਹੀਨ ਭਰਮ ਚੋਟਾਂ ਖਾਵੇ, ਬਿਨ ਭਾਗਾਂ ਸਤ ਸੰਗ ਨ ਲੱਭੇ, ਬਿਨ ਸੰਗਤ ਮੈਲ ਭਰੀਜੈ ਜੀਓ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਤ ਸੰਗਤ ਰੂਪੀ ਨਦੀਆਂ ਦੇ ਵਿੱਚ ਆ ਜਾਣਾ ਚਾਹੀਦਾ। ਜੇ ਸੰਗਤ ਵਿੱਚ ਆਪ ਜੀ ਆ ਕੇ ਸਜ ਬੈਠੇ ਹੋ ਨਾ, ਸੰਗਤ ਵਿੱਚ ਆਉਣ ਕਰਕੇ ਰੋਗਾਂ ਤੋਂ ਨਿਵਿਰਤੀ ਪ੍ਰਾਪਤ ਹੋ ਜਾਂਦੀ ਹੈ। ਖੁਲਾਸੇ ਦਾ ਸਮਾਂ ਨਹੀਂ ਹੈ, ਇਸ ਲਈ ਸਾਹਿਬ ਕਹਿੰਦੇ ਨਾਨਕ ਹੇ ਨਾਨਕ ਹਉਮੈ ਰੋਗ ਬੁਰੇ। ਹਉਮੈ ਤਾਂ ਖੁਦ ਹੀ ਇੱਕ ਰੋਗ ਹੈ ਤੇ ਹਉਮੈ ਦਾ ਰੋਗ ਜਿਸ ਨੂੰ ਲੱਗ ਜਾਏ ਨਾ ਉਹਦਾ ਇਲਾਜ ਨਹੀਂ ਹੁੰਦਾ ਹੈ, ਉਹਦੀ ਕੋਈ ਦਵਾ ਨਹੀਂ ਹੈ, ਨਾ ਉਹਦਾ ਕੋਈ ਡਾਕਟਰ। ਡਾਕਟਰ ਤਾਂ ਗੁਰੂ ਹੈ, ਡਾਕਟਰ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ, ਜੇ ਇਸਦੇ ਪਾਸ ਆ ਜਾਓਗੇ ਤੇ ਇਸਦਾ ਇਲਾਜ ਹੋਵੇਗਾ। ਕਿਉਂਕਿ ਸਤਿਗੁਰੂ ਪਾਤਸ਼ਾਹ ਨਾਨਕ ਹੁਕਮ ਮੰਨੇ ਸਹਿ ਕੇਰਾ, ਜੇ ਆਪਣੇ ਮਾਲਕ ਦਾ ਹੁਕਮ ਮੰਨ ਲਵੇ, ਮਾਲਕ ਦੇ ਹੁਕਮ ਵਿੱਚ ਚੱਲੇ ਤੇ ਹਉਮੈ ਦਾ ਰੋਗ ਆਪਣੇ ਆਪ ਖਤਮ ਹੋ ਜਾਂਦਾ ਹੈ। ਇਸ ਲਈ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ ਆਪੇ ਬਖਸ਼ੈ ਸ਼ਬਦ ਤੁਰੇ। ਸਾਹਿਬ ਕਹਿੰਦੇ ਨੇ ਜਹ ਦੇਖਾਂ, ਮੈਂ ਜਿੱਧਰ ਜਿੱਧਰ ਵੀ ਦੇਖਦਾ ਹਾਂ, ਚਾਰ ਚੁਫੇਰੇ ਤੱਕਦਾ ਹਾਂ, ਏਕਾ ਬੇਦਨ ਇੱਕੋ ਹੀ ਇਹ ਬੇਦਨ ਪੀੜਾ ਹੈ, ਇੱਕੋ ਹੀ ਇਹ ਰੋਗ ਹੈ। ਕਿਉਂਕਿ ਮੈਂ ਪਹਿਲੋਂ ਬੇਨਤੀ ਕੀਤੀ ਹੈ ਕਿ ਹਰ ਇੱਕ ਜੀਵ ਇਹਦੇ ਵਿੱਚ ਖਚਤ ਹੋਇਆ ਹੋਇਆ ਹੈ। ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਇਸ ਲਈ ਪਾਤਸ਼ਾਹ ਜੀ ਕਹਿੰਦੇ ਨੇ
ਕਿ ਹਉਮੈ ਦਾ ਰੋਗ ਜਿਹੜਾ ਚਾਰ ਚੁਫੇਰੇ ਵਿਆਪਿਆ ਹੋਇਆ, ਜਿੱਧਰ ਦੇਖਦਾ ਹਾਂ ਉੱਧਰ ਹੀ ਹਉਮੈ ਦੀ ਪੀੜਾ ਹੀ ਪੀੜਾ ਹੈ, ਉੱਧਰ ਹੀ ਹਉਮੈ ਦੀ ਪੀੜਾ ਦਾ ਪਸਾਰਾ ਬਣਿਆ ਹੋਇਆ ਹੈ। ਪਰ ਜੇ ਕਿਰਪਾ ਹੋ ਜਾਏ ਸਤਿਗੁਰੂ ਦੀ, ਗੁਰੂ ਦੀ ਹਜ਼ੂਰੀ ਵਿੱਚ ਆ ਕੇ ਅਰਦਾਸ ਕਰੀਏ, ਜੋਦੜੀ ਕਰੀਏ। ਜ਼ਰੂਰੀ ਨਹੀਂ ਕਿ ਬਹੁਤ ਲੰਬੀ ਵੱਡੀ ਚੌੜੀ ਅਰਦਾਸ ਹੋਣੀ ਚਾਹੀਦੀ ਹੈ। ਅਰਦਾਸ ਦੇ ਤੇ ਕੇਵਲ ਦੋ ਹੀ ਸ਼ਬਦ ਗੁਰੂ ਪ੍ਰਵਾਨ ਕਰ ਲੈਂਦਾ। ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਭਾਣੇ, ਸ਼ਬਦਾਂ ਦੀ ਸੁੰਦਰਤਾ ਨਾ ਹੋਵੇ, ਸ਼ਬਦਾਂ ਦੀ ਸੁੰਦਰ ਲੜੀ ਨਾ ਹੋਵੇ, ਪਰ ਇਹ ਅਰਦਾਸ ਕਰਦੇ ਸਤਿਗੁਰੂ ਪਾਤਸ਼ਾਹ ਜੀ, ਜੇ ਭੁੱਲੀ ਜੇ ਚੁੱਕੀ ਸਾਈ ਪੀ ਤਹਿੰ ਜੀ ਕਾਂਡੀਆ। ਐ ਮੇਰੇ ਮਾਲਕ, ਮੈਂ ਜੀਵ ਰੂਪੀ ਇਸਤਰੀ ਭੁੱਲ ਗਈ ਹਾਂ, ਮੈਥੋਂ ਗਲਤੀ ਹੋ ਗਈ ਹੈ, ਅਨੇਕ ਪ੍ਰਕਾਰ ਦੇ ਰੋਗਾਂ ਵਿੱਚ ਗ੍ਰਸਤ ਹੋ ਗਈ ਹਾਂ, ਪਰ ਕਹੀ ਤਾਂ ਮੈਂ ਤੇਰੀ ਜਾਂ ਪਤਨੀ ਜਾਂਦੀ ਹਨ। ਤੂੰ ਮੇਰਾ ਮਾਲਕ ਹੈ, ਤੂੰ ਮੇਰਾ ਸੁਆਮੀ ਹੈ, ਤੂੰ ਮੇਰਾ ਸਿਰਤਾਜ ਹੈ, ਪੀ ਤਹਿੰ ਜੀ ਕਾਂਡੀਆ, ਮੈਂ ਤੇਰੀ ਕਹੀ ਜਾਨੀ ਆ। ਤੇ ਸਿੱਖਾ, ਜਦੋਂ ਤੂੰ ਆ ਕੇ ਗੁਰੂ ਦਾ ਆ ਕੇ ਆਸਰਾ ਲੈ ਲਵੇਂਗਾ ਨਾ, ਤੇ ਗੁਰੂ ਤੇਰੇ ਤੇ ਬਖਸ਼ਿਸ਼ ਕਰ ਦੇਵੇਗਾ। ਇਸ ਲਈ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿੱਚੋਂ ਜਦੋਂ 52 ਰਾਜਿਆਂ ਨੇ ਪੱਲਾ ਪਕੜ ਲਿਆ ਨਾ ਕਿ ਹਰਗੋਬਿੰਦ ਮੈਂ ਤੇਰਾ, ਕਿ ਐ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮੈਂ ਤੇਰਾ ਸੇਵਕ ਹਾਂ, ਤੇ ਸਾਹਿਬ ਕਹਿੰਦੇ ਇਹ ਕਿਲਾ ਤੇ ਕੀ, ਮੈਂ ਉਹਨਾਂ ਨੂੰ ਨਰਕਾਂ ਵਿੱਚ ਵੀ ਨਹੀਂ ਪੈਣ ਦਿੰਦਾ ਹਾਂ। ਕਾਢੀ ਨਰਕ ਤੇ ਧੂ, ਗੁਰੂ ਦਾ ਆਪਣੇ ਗੁਰੂ ਆਪਣੇ ਸਿੱਖ ਨੂੰ, ਜਿਹੜਾ ਸਿੱਖ ਗੁਰੂ ਨੂੰ ਸਮਰਪਿਤ ਹੋ ਜਾਏ, ਇਹ ਨਹੀਂ ਕਿ ਗੁਰੂ ਦੇ ਦਰ ਦੇ ਉੱਤੇ ਆ ਕੇ ਚਤੁਰਾਈ ਵੀ ਆਪਣੀ ਕਰੇ, ਗੁਰੂ ਦੇ ਦਰ ਤੇ ਆ ਕੇ ਨੁਕਸ ਦੇਖੇ ਵੀ ਨੁਕਸ ਕਿੱਥੇ ਹੈ, ਸੇਵਾਦਾਰ ਗਲਤੀ ਕਿੱਥੇ ਕਰਿਆ, ਸੇਵਾਦਾਰ ਦੀਆਂ ਗਲਤੀਆਂ ਦੇਖੇ, ਨੁਕਸ ਦੇਖੇ, ਆਪਣੀਆਂ ਸਿਆਣਪਾਂ ਵਰਤੇ, ਫਿਰ ਤੇ ਸ਼ਾਇਦ ਹੀ ਗੁਰੂ ਦੀ ਕਿਰਪਾ ਹੋ ਸਕੇ। ਨਹੀਂ, ਗੁਰੂ ਦੇ ਚਰਨਾਂ ਵਿੱਚ ਆ ਕੇ ਸਮਰਪਿਤ ਹੋ ਜਾਣਾ ਹੈ, ਆਪਾਂ ਤਿਆਗ ਦੇਣਾ ਹੈ, ਹਉਮੈ ਹੰਕਾਰ ਨੂੰ ਤਿਆਗ ਦੇਣਾ। ਪਾਤਸ਼ਾਹ ਮੈਂ ਤੇਰਾ ਹਾਂ, ਮੈਂ ਤੇਰੇ ਦਰ ਤੇ ਆਇਆ ਹਾਂ, ਤੇ ਆਪੇ ਬਖਸ਼ੇ ਸ਼ਬਦ ਧੁਰੇ, ਫਿਰ ਗੁਰੂ ਬਖਸ਼ਿਸ਼ ਕੀ ਕਰਦਾ, ਸਤਿਗੁਰੂ ਜੀ ਕੀ ਰਹਿਮਤ ਕਰਦੇ ਨੇ, ਤੇ ਸਤਿਗੁਰੂ ਜੀ ਆਪ ਹੀ ਉਸ ਨੂੰ ਧੁਰੇ ਧੁਰੋਂ ਹੀ ਬਖਸ਼ ਲੈਂਦੇ ਨੇ, ਉਸ ਨੂੰ ਆਪ ਹੀ ਕਿਰਪਾ ਕਰਕੇ ਗੁਰੂ ਬਖਸ਼ਦੇ ਨੇ। ਗੁਰੂ ਦੇ ਸ਼ਬਦ ਦੇ ਵਿੱਚ ਆਪਣੇ ਆਪ ਜਿਹੜਾ ਸਿੱਖ ਜੁੜ ਜਾਂਦਾ, ਗੁਰੂ ਕਿਰਪਾ ਕਰਦਾ ਹੈ ਤੇ ਸ਼ਬਦ ਵਿੱਚ ਜੋੜ ਦਿੰਦਾ ਹੈ, ਕਿਉਂਕਿ ਜੁੜਨਾ ਜ਼ਿੰਦਗੀ ਹੈ ਤੇ ਟੁੱਟਣਾ ਮੌਤ ਹੈ। ਆਪ ਜੀ ਸ਼ਬਦ ਪੜ੍ਹਦੇ ਹੋ, ਸਤਿਗੁਰੂ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ, ਪੱਤਰ ਪੁਰਝੇਣ ਝੜੀਅੰਗ ਨਹਿ ਜੜੀਅੰਗ ਪੇਟ ਸੰਪਤਾ। ਇੱਕ ਪੱਤਾ ਜਿਹੜਾ ਟਹਿਣੀ ਨਾਲੋਂ ਟੁੱਟ ਜਾਂਦਾ ਹੈ ਨਾ, ਉਹਦੀ ਬਹੁਤ ਬੁਰੀ ਹਾਲਤ ਹੋ ਜਾਂਦੀ ਹੈ। ਟਹਿਣੀ ਨਾਲੋਂ ਟੁੱਟਿਆ ਹੋਇਆ ਪੱਤਾ ਕਦੇ ਗੰਦੀ ਨਾਲੀ ਵਿੱਚ ਜਾ ਕੇ ਪੈ ਜਾਂਦਾ, ਕਿਤੇ ਗੰਦਗੀ ਤੇ ਡਿੱਗਦਾ, ਕਿਤੇ ਅੱਗ ਤੇ ਡਿੱਗਦਾ, ਕਿਤੇ ਪਾਣੀ ਤੇ ਡਿੱਗਦਾ, ਕਿਉਂਕਿ ਆਪਣੇ ਮੂਲ ਦੇ ਨਾਲੋਂ ਟੁੱਟ ਗਿਆ। ਸਿੱਖਾ, ਜਦੋਂ ਤੂੰ ਮੂਲ ਨਾਲੋਂ ਟੁੱਟ ਗਿਆ, ਬਾਣੀ ਨਾਲੋਂ ਟੁੱਟ ਗਿਆ, ਤੇ ਤੇਰੇ ਜੀਵਨ ਵਿੱਚ ਵੀ ਦੁਸ਼ਵਾਰੀਆਂ ਹੀ ਦੁਸ਼ਵਾਰੀਆਂ ਹੋਣੀਆਂ ਨੇ। ਇਸ ਕਰਕੇ ਅਸੀਂ ਆਪਣੇ ਮੂਲ ਦੇ ਨਾਲ ਜੁੜ ਕੇ ਰਹਿਣਾ, ਸਿਧਾਂਤ ਨਾਲ ਜੁੜ ਕੇ ਰਹਿਣਾ। ਐ ਤੁਸੀਂ ਅੱਗ ਦੀ ਲਾਟ ਦੇਖਦੇ ਹੋ ਨਾ, ਅੱਗ ਦਾ ਮੂਲ ਸੂਰਜ ਹੈ, ਤੇ ਅੱਗ ਦੀ ਲਾਟ ਹਮੇਸ਼ਾ ਆਪਣੇ ਮੂਲ ਸੂਰਜ ਵੱਲੇ ਰਹਿੰਦੀ ਹੈ। ਤੁਸੀਂ ਕੋਈ ਲੈਂਪ ਜਗਾ ਲਵੋ, ਕੋਈ ਮੋਮਬੱਤੀ ਜਗਾ ਕੇ ਉਲਟਾ ਕਰ ਦਿਓ ਉਸ ਨੂੰ, ਜਦੋਂ ਤੁਸੀਂ ਉਲਟਾ ਕਰੋਗੇ ਉਸਦੀ ਲੋ, ਉਸਦੀ ਲਾਈਟ ਉੱਪਰ ਨੂੰ ਜਾਏਗੀ, ਉਹਦਾ ਮੂਲ ਉੱਪਰ ਹੈ। ਪਾਣੀ ਦਾ ਮੂਲ ਸਮੁੰਦਰ ਹੈ, ਤੇ ਸਮੁੰਦਰ ਨੀਵੇਂ ਗਹਿਰਾਈ ਦੇ ਵਿੱਚ ਹੈ, ਕਿਤੇ ਵੀ ਪਾਣੀ ਡੋਲ ਦਿਓਗੇ ਉਹ ਗਹਿਰਾਈ ਵਾਲੇ ਪਾਸੇ ਜਾਂਦਾ ਹੈ। ਸਿੱਖਾ, ਤੇਰਾ ਮੂਲ ਬਾਣੀ ਹੈ, ਤੇਰਾ ਮੂਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ, ਤੇਰਾ ਮੂਲ ਗੁਰੂ ਦਾ ਪਰਮਾਤਮਾ ਦਾ ਨਾਮ ਹੈ।
ਜਿੱਥੇ ਵੀ ਬੈਠਦਾ ਹੈ, ਤੁਰਿਆ ਹੈ, ਫਿਰਦਾ ਹੈ, ਬੈਠਾ ਹੈ, ਘਰ ਵਿੱਚ ਹੈ, ਪਰਿਵਾਰ ਵਿੱਚ ਹੈ, ਆਪਣੇ ਕਾਰੋਬਾਰ ਵਿੱਚ ਹੈ, ਆਪਣਾ ਧਿਆਨ ਆਪਣੇ ਮੂਲ ਦੇ ਨਾਲ ਜੋੜ ਕੇ ਰੱਖ। ਤੇਰੀ ਸੁਰਤੀ, ਤੇਰਾ ਧਿਆਨ ਗੁਰੂ ਦੇ ਵੱਲ ਹੋਣਾ ਚਾਹੀਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਮੋਦੀਖਾਨਾ ਕੀਤਾ, ਮੋਦੀਖਾਨੇ ਦੀ ਕਾਰ ਕੀਤੀ, ਧਾਰਨਾ ਤੋਲਦਿਆਂ ਤੋਲਦਿਆਂ ਵੀ ਸਤਿਗੁਰੂ ਪਾਤਸ਼ਾਹ ਜੀ 13-13-13 ਦੀ ਆਵਾਜ਼ ਲਾਉਂਦੇ ਨੇ, ਕਿਹਾ ਮੇਰੇ ਮਾਲਕ ਮੈਂ ਤੇਰਾ ਹਾਂ। ਅਸੀਂ ਮੇਰਾ ਮੇਰਾ ਕਰਕੇ ਮਰਦੇ ਹਾਂ, ਤੇਰਾ ਤੇਰਾ ਕਰਕੇ ਜ਼ਿੰਦਗੀ ਮਿਲਦੀ ਹੈ ਮਨੁੱਖ ਨੂੰ। ਇਸ ਲਈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਗੁਰੂ ਬਖਸ਼ਿਸ਼ ਕਰਕੇ, ਰਹਿਮਤ ਕਰਕੇ ਸ਼ਬਦ ਵਿੱਚ ਜੋੜ ਦਿੰਦਾ ਹੈ। ਅਤੇ ਜਦੋਂ ਸ਼ਬਦ ਵਿੱਚ ਜੁੜ ਜਾਏ, ਸ਼ਬਦ ਵਿੱਚ ਜੁੜੇ ਦੀ ਕੀ ਨਿਸ਼ਾਨੀ ਹੈ? ਕੀ ਪਤਾ ਲੱਗਦਾ ਵੀ ਸ਼ਬਦ ਵਿੱਚ ਜੁੜ ਗਿਆ, ਇਹਦੇ ਅੰਦਰ ਸ਼ਬਦ ਵਸਿਆ, ਇਹ ਨਾਮ ਦੇ ਵਿੱਚ ਰਸਿਆ ਹੋਇਆ, ਇਹ ਸਤ ਸੰਗੀ ਹੈ, ਇਹ ਗੁਰੂ ਦੀ ਕਿਰਪਾ ਦਾ ਪਾਤਰ ਹੈ। ਉਹ ਗੁਰਦੇਵ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਆਤਮ ਮੈਂ ਰਾਮ, ਰਾਮ ਮੈਂ ਆਤਮ, ਚੀਨਸ ਗੁਰ ਵਿਚਾਰਾ। ਇਹ ਜਿਸ ਦੇ ਉੱਤੇ ਗੁਰੂ ਬਖਸ਼ਿਸ਼ ਕਰ ਦਿੰਦਾ ਹੈ ਨਾ, ਸ਼ਬਦ ਵਿੱਚ ਜੋੜ ਲੈਂਦਾ ਹੈ, ਜਿਹਦੇ 'ਤੇ ਗੁਰੂ ਦੀ ਰਹਿਮਤ ਹੋ ਜਾਏ, ਉਹ ਫਿਰ ਪਛਾਣ ਲੈਂਦਾ ਹੈ, ਉਹ ਚੀਨਸ ਜਾਣ ਲੈਂਦਾ। ਚੀਨਸ ਭਾਵ ਹੁੰਦਾ ਜਾਣਨ ਦਾ, ਪਛਾਣਨ ਦਾ। ਉਹਨੂੰ ਕੀ ਪਛਾਣ ਆ ਜਾਂਦੀ, ਕੀ ਜਾਣ ਲੈਂਦਾ ਉਹ? ਕਿ ਆਤਮ ਮਹਿ ਰਾਮ, ਰਾਮ ਮੈਂ ਆਤਮ। ਆਤਮਾ ਵਿੱਚ ਹੀ ਪਰਮਾਤਮਾ ਹੈ, ਆਤਮ ਰਾਮ ਦੇ ਵਿੱਚ ਹੀ ਜੀਵ ਨੇ। ਆਤਮਾ ਵਿੱਚ ਪਰਮਾਤਮਾ ਹੈ ਅਤੇ ਜੀਵ ਆਤਮਾ ਜਿਹੜੀ ਹੈ ਪਰਮਾਤਮਾ ਦੇ ਨਾਲ ਜੁੜ ਕੇ ਹੀ ਜਿਉਂਦੀ ਹੈ। ਜਿਵੇਂ ਹੁਣੇ ਸਿੰਘ ਸਾਹਿਬ ਜੀ ਬੇਨਤੀ ਕਰ ਰਹੇ ਸੀ ਨਾ, ਸੇਵਾ ਪੰਥੀ ਸੰਪਰਦਾਇ ਵੱਲੋਂ ਸ਼ਾਮ ਨੂੰ ਇਸੇ ਅਸਥਾਨ 'ਤੇ ਬਹੁਤ ਸਤਿਕਾਰਯੋਗ ਭਾਈ ਕਨ੍ਹਈਆ ਸਾਹਿਬ ਜੀ, ਉਹਨਾਂ ਦੇ ਤੀਸਰੀ ਜੋ ਅਕਾਲ ਚਲਾਣੇ ਦੀ ਸ਼ਤਾਬਦੀ ਹੈ, ਉਹ ਅੱਡਣਸ਼ਾਹੀ ਸੇਵਾ ਸੰਪਰਦਾਇ, ਸੇਵਾ ਦਾ ਸੰਪਰਦਾਇ ਵੱਲੋਂ ਮਨਾਈ ਜਾ ਰਹੀ ਹੈ। ਬਹੁਤ ਵੱਡੇ ਨਗਰ ਕੀਰਤਨ ਨਿਕਲੇ ਨੇ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸਮਾਗਮ ਹੋਏ ਨੇ, ਮਹੰਤ ਕਰਮਜੀਤ ਸਿੰਘ ਜੀ ਬਹੁਤ ਵੱਡੇ ਨਗਰਾਂ ਵਿੱਚ ਹਾਜ਼ਰੀਆਂ ਭਰੀਆਂ, ਸੰਗਤਾਂ ਨੇ, ਦਿੱਲੀ ਦੀਆਂ ਸੰਗਤਾਂ ਨੇ ਵੀ ਬਹੁਤ ਸੇਵਾ ਕੀਤੀ ਹੈ, ਅਤੇ ਅਸੀਂ ਉਹਨਾਂ ਦੇ ਦਿਹਾੜੇ ਕਿਉਂ ਮਨਾ ਰਹੇ ਹਾਂ? ਉਹਨਾਂ 'ਤੇ ਗੁਰੂ ਦੀ ਬਖਸ਼ਿਸ਼ ਹੋ ਗਈ, ਉਹਨਾਂ 'ਤੇ ਗੁਰੂ ਨੇ ਰਹਿਮਤ ਕਰ ਦਿੱਤੀ। ਜਦੋਂ ਸਤਿਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸ਼ਾਮ ਦੇ ਦੀਵਾਨ ਵਿੱਚ ਬੇਨਤੀ ਕਰਨ ਦਾ ਯਤਨ ਕਰਾਂਗੇ, ਕਿਉਂਕਿ ਸ਼ਬਦ ਦੀ ਵਿਚਾਰ ਚੱਲ ਰਹੀ ਹੈ, ਪੁੱਛਿਆ ਸੀ ਕਿ ਸਿੱਖ ਇਹ ਸਿੱਖ ਉਪ ਤੇਰੀ ਸ਼ਿਕਾਇਤ ਕਰ ਰਹੇ ਨੇ ਕਿ ਤੂੰ ਸਾਰਿਆਂ ਨੂੰ ਪਾਣੀ ਪਿਲਾ ਰਿਹਾ ਹੈ। ਕਹਿਣ ਲੱਗੇ, ਪਾਤਸ਼ਾਹ ਮੈਂ ਗੈਰ ਦੇ ਮੂੰਹ ਵਿੱਚ ਪਾਵਾਂ ਪਾਣੀ, ਇਹ ਭੁੱਲੇ ਹੋਏ ਨੇ ਜਿਹੜੇ ਤੁਹਾਨੂੰ ਦੱਸ ਰਹੇ ਨੇ। ਮੈਂ ਤੇ ਹਰ ਇੱਕ ਦੇ ਮੁੱਖ ਵਿੱਚ ਜਿੱਥੇ ਵੀ ਪਾਣੀ ਪਾਉਂਦਾ ਹਾਂ, ਮੈਨੂੰ ਤੁਹਾਡਾ ਹੀ ਸਰੂਪ ਨਜ਼ਰ ਆਉਂਦਾ ਹੈ। ਜਿੱਥੇ ਚੋਵਾਂ ਪਾਣੀ ਤੇਰਾ ਮੂੰਹ ਦਿਸੇ, ਕਿਸੇ ਹੋਰ ਦੇ ਮੁੱਖ ਵਿੱਚ ਪਾਇਆ ਹੀ ਨਹੀਂ। ਇੱਕ ਹੱਥ ਬਾਟਾ, ਦੂਜੇ ਹੱਥ ਖੰਡਾ, ਕਿਸੇ ਦੂਜੇ ਨੇ ਇੱਦਾਂ ਪਿਲਾਇਆ ਹੀ ਨਹੀਂ। ਤੁਸੀਂ ਅੰਮ੍ਰਿਤ ਛਕਾ ਕੇ ਮੇਰੀ ਦਵੈਤ ਖਤਮ ਕਰ ਦਿੱਤੀ, ਮੈਨੂੰ ਤੇ ਸਾਰਿਆਂ ਵਿੱਚ ਤੁਸੀਂ ਨਜ਼ਰ ਆਉਂਦੇ ਹੋ। ਇਸ ਲਈ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਹਰੇਕ ਜੀਵ ਆਤਮਾ ਵਿੱਚ ਪਰਮਾਤਮਾ ਮੌਜੂਦ ਹੈ ਅਤੇ ਪਰਮਾਤਮਾ ਵਿੱਚ ਹੀ ਹਰੇਕ ਜੀਵ ਜਿਉਂਦਾ ਹੈ। ਇਹ ਸਮਝ ਇਹ ਗੁਰੂ ਨੇ ਸੋਝੀ ਬਖਸ਼ਿਸ਼ ਕਰ ਦਿੱਤੀ। ਅੰਮ੍ਰਿਤ ਬਾਣੀ ਸ਼ਬਦ ਪਛਾਣੀ, ਦੁੱਖ ਕਾਟੈ ਹਉ ਮਾਰਾ। ਤੇ ਜਿਸ ਨੇ ਗੁਰੂ ਦੇ ਸ਼ਬਦ ਦੀ ਪਹਿਚਾਣ ਕਰ ਲਈ, ਅੰਮ੍ਰਿਤ ਬਾਣੀ ਸ਼ਬਦ ਪਛਾਣੀ, ਅੰਮ੍ਰਿਤ ਗੁਰੂ ਦੀ ਬਾਣੀ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰੂ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ, ਅੰਮ੍ਰਿਤ ਤੋਂ ਭਾਵ ਹੁੰਦਾ ਮ੍ਰਿਤੂ ਤੋਂ ਰਹਿਤ ਕਰਨ ਵਾਲਾ, ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਹੈ।
ਇਹ ਸਤਿਗੁਰਾਂ ਦੀ ਬਾਣੀ ਵੀ ਮ੍ਰਿਤੂ ਤੋਂ ਰਹਿਤ ਕਰਨ ਵਾਲੀ ਹੈ ਕਿਉਂਕਿ ਜਿਹੜਾ ਬਾਣੀ ਨਾਲ ਜੁੜ ਜਾਂਦਾ ਹੈ ਨਾ ਉਸ ਨੂੰ ਜਨਮ ਤੇ ਮਰਨ ਖਤਮ ਹੋ ਜਾਂਦਾ ਹੈ ਉਹ ਮੁੜ ਮੁੜ ਕੇ ਜਨਮ ਦੇ 84 ਦੇ ਚੱਕਰਾਂ ਵਿੱਚ ਨਹੀਂ ਪੈਂਦਾ ਹੈ ਇਸ ਲਈ ਗੁਰਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਅੰਮ੍ਰਿਤ ਬਾਣੀ ਸ਼ਬਦ ਪਛਾਣੀ ਇਹ ਅੰਮ੍ਰਿਤ ਰੂਪੀ ਬਾਣੀ ਗੁਰੂ ਦਾ ਉਪਦੇਸ਼ ਗੁਰੂ ਦੇ ਸ਼ਬਦ ਦੇ ਰਾਹੀਂ ਪਛਾਣਨਾ ਕੀਤਾ ਹੈ ਗੁਰੂ ਦੇ ਉਪਦੇਸ਼ ਨੂੰ ਜਾਣਨਾ ਕੀਤਾ ਹੈ ਗੁਰੂ ਦੇ ਉਪਦੇਸ਼ ਨੂੰ ਮੰਨਣਾ ਕੀਤਾ ਹੈ ਆਪਣੇ ਮਨ ਵਿੱਚ ਤੇ ਫਿਰ ਜਦੋਂ ਮੰਨ ਲਿਆ ਗੁਰੂ ਦੇ ਉਪਦੇਸ਼ ਨੂੰ ਪਛਾਣ ਲਿਆ ਫਿਰ ਗੁਰੂ ਨੇ ਬਖਸ਼ਿਸ਼ ਕੀ ਕੀਤੀ ਜੀਵ ਦੇ ਉੱਤੇ ਦੁੱਖ ਕੱਟੈ ਹੋ ਮਾਰਾ ਉਹਦੀ ਹਉਮੈ ਮਾਰ ਦਿੱਤੀ ਗੁਰੂ ਨੇ ਕਿਰਪਾ ਕਰਕੇ ਹਉਮੈ ਨਿਵਰਤ ਕਰ ਦਿੱਤੀ ਤੇ ਜਦੋਂ ਹਉਮੈ ਮਰ ਗਈ ਦੁੱਖ ਕੱਟੇ ਦੁੱਖ ਆਪਣੇ ਆਪ ਹੀ ਸਾਰੇ ਦੂਰ ਹੋ ਗਏ ਕਿਉਂਕਿ ਜਦੋਂ ਰੋਗ ਦਾ ਇਲਾਜ ਤਦੋਂ ਹੁੰਦਾ ਹੈ ਜਦੋਂ ਰੋਗ ਦੀ ਸਮਝ ਆ ਜਾਏ ਜਦੋਂ ਰੋਗ ਨੂੰ ਜੜ੍ਹਾਂ ਵਿੱਚੋਂ ਕੱਟ ਦੇਈਏ ਜੋ ਰੋਗ ਦੀਆਂ ਜੜ੍ਹਾਂ ਨਿਕਲ ਜਾਣ ਤੇ ਰੋਗ ਖਤਮ ਹੋ ਜਾਂਦਾ ਹੈ ਜੇ ਉੱਤੋਂ ਉੱਤੋਂ ਅਸੀਂ ਮਰਮ ਪੱਟੀ ਕਰਦੇ ਰਹੀਏ ਨਾ ਤੇ ਵਿੱਚੋਂ ਰੋਗ ਜਿਹੜਾ ਫੈਲਦਾ ਰਹਿੰਦਾ ਉਹਦੀਆਂ ਜੜ੍ਹਾਂ ਬਹੁਤ ਲੰਬੀਆਂ ਹੋ ਜਾਂਦੀਆਂ ਨੇ ਇਸ ਲਈ ਹਉਮੈ ਤੋਂ ਬਚਣ ਦੇ ਵਾਸਤੇ ਅਸੀਂ ਉੱਤੋਂ ਉੱਤੋਂ ਕੋਈ ਧਰਮ ਦੇ ਕਰਮ ਕਰਦੇ ਹਾਂ ਹਉਮੈ ਤੇ ਅੰਦਰ ਫਲਦੀ ਰਹਿੰਦੀ ਹੈ ਇੱਕ ਦਿਨ ਦੋ ਉਹ ਦੀਰਘ ਰੋਗ ਬਣ ਜਾਂਦੀ ਹੈ ਇਸ ਲਈ ਗੁਰੂ ਨੇ ਬਖਸ਼ਿਸ਼ ਕਰਦੀ ਦੁੱਖ ਕਾਟੇ ਹੋ ਮਾਰਾ ਉਹਨੇ ਕਿਰਪਾ ਕਰਕੇ ਬਖਸ਼ਿਸ਼ ਕਰਕੇ ਹਉਮੈ ਨੂੰ ਮੁਕਾ ਦਿੱਤਾ ਹੈ ਹਉਮੈ ਮੁੱਕ ਜਾਂਦੀ ਗੁਰੂ ਮੁਕਾ ਦਿੰਦਾ ਜੀਵ ਦੀ ਹਉਮੈ ਤੋਂ ਪੈਦਾ ਹੋਣ ਵਾਲੇ ਰੋਗ ਜਿਤਨੇ ਵੀ ਸੀ ਉਹ ਸਾਰੇ ਖਤਮ ਹੋ ਗਏ ਆਪੇ ਪਰਖੇ ਪਰਖਣ ਹਾਰ ਬਾਹਰ ਸੁਲਾਕ ਨਾ ਹੋਈ ਤੇ ਜੋ ਮੇਰਾ ਮਾਲਕ ਸਤਿਗੁਰੂ ਜੀ ਹੈ ਨਾ ਪਰਖਣ ਵਾਲਾ ਆਪੇ ਪਰਖੇ ਜਿਹਦੇ ਕੋਲ ਪਰਖਣ ਦੀ ਸਮਰੱਥਾ ਹੈ ਜਿਹਦੇ ਕੋਲ ਜਾਣਨ ਦੀ ਸਮਰੱਥਾ ਹੈ ਉਹ ਪਰਖਣ ਵਾਲਾ ਪਰਮਾਤਮਾ ਪ੍ਰਭੂ ਆਪੇ ਪਰਖੇ ਆਪ ਹੀ ਪਰਖ ਕੇ ਨਾ ਉਸਨੂੰ ਬਾਹਰ ਸੁਲਾਕ ਨਾ ਹੋਈ ਬਾਹਰ ਮੁੜ ਕੇ ਨਾ ਉਸਨੂੰ ਦੁੱਖਾਂ ਦੇ ਵਿੱਚ ਨਹੀਂ ਪੈਣਾ ਪੈਂਦਾ ਸੁਲਾਕ ਕਹਿੰਦੇ ਨੇ ਉਹ ਸੁਨਿਆਰੇ ਵੀਰਾਂ ਦੇ ਕੋਲ ਹੁੰਦੀ ਹੈ ਲੋਹੇ ਦੀ ਛੋਟ ਲੰਮੀ ਜੀ ਛੜੀ ਹੁੰਦੀ ਹੈ ਉਸ ਛੜੀ ਦੇ ਨਾਲ ਉਹ ਸੋਨੇ ਨੂੰ ਜਦੋਂ ਤਪਾਉਂਦੇ ਨੇ ਉਹਨਾਂ ਦੇ ਵਿੱਚ ਛੇਕ ਕਰ ਕਰਕੇ ਜਿੰਨਾ ਮੁਲੰਮਾ ਜਿੰਨੀ ਮੈਲ ਸਾਰੀ ਕੱਟ ਦਿੰਦੇ ਨੇ ਉਹਦੇ ਵਿੱਚੋਂ ਇਸੇ ਤਰ੍ਹਾਂ ਗੁਰੂ ਬਖਸ਼ਿਸ਼ ਕਰਦਾ ਰਹਿਮਤ ਕਰਦਾ ਹੈ ਆਪਣੀ ਮਿਹਰ ਕਰਕੇ ਆਪਣੀ ਬਖਸ਼ਿਸ਼ ਕਰਕੇ ਸਤਿਗੁਰੂ ਜੀ ਜਿਨ੍ਹਾਂ ਨੂੰ ਪਰਖ ਲੈਂਦਾ ਉਹਨਾਂ ਨੂੰ ਪ੍ਰਵਾਨ ਕਰ ਲੈਂਦਾ ਜਦੋਂ ਸੋਨੇ ਦੀ ਪਰਖ ਹੋ ਜਾਂਦੀ ਹੈ ਨਾ ਇਹ ਬਾਰਾਮਨੀ ਦਾ ਸ਼ੁੱਧ ਹੋ ਜਾਂਦਾ ਸੋਨਾ ਤੇ ਉਹ ਪਰਖਣ ਵਾਲਾ ਸੁਨਿਆਰ ਉਸਨੂੰ ਪਰਖ ਕੇ ਨਾ ਫਿਰ ਆਪਣੇ ਖਜ਼ਾਨੇ ਵਿੱਚ ਜਮ੍ਹਾਂ ਕਰ ਲੈਂਦਾ ਫਿਰ ਬਾਹਰ ਨਹੀਂ ਰੁਲਦਾ ਸੋਨਾ ਇਸੇ ਤਰ੍ਹਾਂ ਗੁਰੂ ਜਦੋਂ ਸਿੱਖ ਦੀ ਪਰਖ ਕਰਦਾ ਗੁਰੂ ਬਖਸ਼ਿਸ਼ ਕਰਦਾ ਸਿੱਖ ਦੇ ਉੱਤੇ ਕਿ ਹੁਣ ਇਹਦੇ ਵਿੱਚ ਜਿਹੜੀ ਹਉਮੈ ਦਾ ਰੋਗ ਹੈ ਨਾ ਉਹ ਖਤਮ ਹੋ ਗਿਆ ਕੱਟਿਆ ਗਿਆ ਹੈ ਤੇ ਰੋਗ ਦੇ ਕੱਟੇ ਹੋ ਜਾਣ ਕਰਨ ਕਰਕੇ ਆਪਣੀ ਕਿਰਪਾ ਕਰਕੇ ਰਹਿਮਤ ਕਰਕੇ ਆਪਣੇ ਖਜ਼ਾਨੇ ਵਿੱਚ ਪਾ ਲੈਂਦਾ ਹੈ ਤੇ ਉਸ ਨੂੰ ਮੁੜ ਕੇ ਕਸ਼ਟ ਨਹੀਂ ਹੋਣ ਦਿੰਦਾ ਹੈ ਉਸ ਨੂੰ ਮੁੜ ਕੇ ਦੁੱਖ ਨਹੀਂ ਲੱਗਣ ਦਿੰਦਾ ਹੈ ਜਿਨ ਕਹੋ ਨਦਰ ਪਾਈ ਗੁਰ ਮੇਲੇ ਪ੍ਰਭ ਪਾਣਾ ਸੱਚ ਸੋਈ ਜਿਨ ਕਹੋ ਜਿਨ੍ਹਾਂ ਤੇ ਨਜ਼ਰ ਪਈ ਗੁਰੂ ਦੀ ਨਜ਼ਰ ਪੈ ਗਈ ਕਿਰਪਾ ਦੀ ਦ੍ਰਿਸ਼ਟੀ ਪੈ ਗਈ ਨਦਰੇ ਮਹਿਰਮਤ ਹੋ ਗਈ ਜਿਨ੍ਹਾਂ ਦੇ ਉੱਤੇ ਉਹਨਾਂ ਨੂੰ ਗੁਰ ਮੇਲੇ ਗੁਰਰਾਰੇ ਦੇ ਸਿਹਾਰੀ ਲੱਗੀ ਹੋਈ ਹੈ ਇਸ ਲਈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹਨਾਂ ਨੂੰ ਗੁਰੂ ਨੇ ਆਪਣੇ ਨਾਲ ਮੇਲ ਲਿਆ ਹੈ ਆਪਣੀ ਅਭੇਦਤਾ ਬਖਸ਼ਿਸ਼ ਕਰ ਦਿੱਤੀ ਉਹਨਾਂ ਦੇ ਉੱਤੇ ਗੁਰੂ ਨੇ ਆਪਣੀ ਰਹਿਮਤ ਕਰ ਦਿੱਤੀ ਤੇ ਜਦੋਂ ਗੁਰੂ ਦੀ ਰਹਿਮਤ ਹੋ ਗਈ ਗੁਰੂ ਦੀ ਬਖਸ਼ਿਸ਼ ਹੋ ਗਈ ਪ੍ਰਭ ਭਾਣਾ ਸੱਚ ਸੋਈ ਫਿਰ ਉਸਨੂੰ ਪ੍ਰਭੂ ਦਾ ਭਾਣਾ ਚੰਗਾ ਲੱਗਣ ਲੱਗ ਜਾਂਦਾ ਹੈ
ਉਹ ਫਿਰ ਗੁਰੂ ਦੇ ਭਾਣੇ ਵਿੱਚ ਵਿਚਰਨ ਲੱਗ ਜਾਂਦਾ ਹੈ। ਉਹਦਾ ਖਾਣਾ ਪੀਣਾ ਸੌਣਾ ਜਾਗਣਾ ਗੁਰੂ ਦੇ ਅਨੁਸਾਰੀ ਬਣ ਜਾਂਦਾ, ਗੁਰੂ ਦੇ ਭਾਣੇ ਦੇ ਵਿੱਚ ਰਹਿ ਜਾਂਦਾ। ਦਰਅਸਲ ਅਸੀਂ ਗੁਰੂ ਦੇ ਅਨੁਸਾਰੀ ਨਹੀਂ ਜਿਉਂਦੇ ਹਾਂ। ਇਹ ਜਿਤਨੇ ਤੁਸੀਂ ਪਸ਼ੂ ਪੰਛੀ ਜੀਵ ਜੰਤੂ ਦੇਖਦੇ ਹੋ ਨਾ, ਇਹ ਸਾਰੇ ਪ੍ਰਾਕਿਰਤਿਕ ਜੀਵਨ ਜਿਉਂਦੇ ਨੇ, ਗੁਰੂ ਦੇ ਹੁਕਮ ਦੇ ਅਨੁਸਾਰ ਚੱਲਦੇ ਨੇ। ਕਦੋਂ ਸੌਣਾ ਹੈ, ਕਦੋਂ ਜਾਗਣਾ ਹੈ, ਕਦੋਂ ਖਾਣਾ ਹੈ, ਇਹ ਸਾਰਾ ਉਹ ਗੁਰੂ ਦੇ ਬਣਾਏ ਹੋਏ ਕਾਨੂੰਨ ਦੇ ਅਨੁਸਾਰ ਚੱਲਦੇ ਨੇ। ਆਪ ਤੁਸੀਂ ਦੇਖਦੇ ਹੋ ਸ਼ਾਮਾਂ ਪੈਂਦੀਆਂ ਨੇ, ਪੰਛੀ ਬਿਰਸ਼ਾਂ ਦੇ ਉੱਤੇ ਆ ਕੇ ਇਕੱਠੇ ਹੋ ਕੇ ਬੈਠ ਜਾਂਦੇ ਨੇ, ਕੋਈ ਆਵਾਜ਼ ਨਹੀਂ, ਕੋਈ ਆਵਾਜ਼ ਨਹੀਂ, ਕੋਈ ਰੌਲਾ ਗੌਲਾ ਨਹੀਂ ਹੈ, ਬਿਲਕੁਲ ਸ਼ਾਂਤ ਹੋ ਕੇ ਬਿਰਸ਼ਾਂ ਦੇ ਉੱਤੇ ਆਰਾਮ ਕਰਦੇ ਨੇ। ਅੰਮ੍ਰਿਤ ਵੇਲਾ ਹੁੰਦਾ, ਕੋਈ ਜਗਾਉਣ ਵਾਲਾ ਨਹੀਂ, ਕੋਈ ਅਲਾਰਮ ਨਹੀਂ ਹੈ, ਅੰਮ੍ਰਿਤ ਵੇਲਾ ਹੁੰਦਾ, ਆਪਣੇ ਆਪ ਜਾਗ ਪੈਂਦੇ ਨੇ, ਫਿਰ ਬੋਲਣਾ ਸ਼ੁਰੂ ਕਰ ਦਿੰਦੇ ਨੇ। ਚਿੜੀ ਚੌਕੀ ਬਹੁ ਫੁੱਟੀ ਵਗਨ ਬਹੁਤ ਤਰੰਗ, ਪਰਮਾਤਮਾ ਦੇ ਅਨੁਸਾਰ ਪ੍ਰਾਕਿਰਤਿਕ ਜੀਵਨ ਹੈ। ਸਮੇਂ ਦੇ ਅਨੁਸਾਰ ਸੌ ਜਾਣਾ, ਸਮੇਂ ਦੇ ਅਨੁਸਾਰ ਜਾਗਣਾ। ਖਿਮਾ ਕਰਿਓ, ਹੁਣ ਆਪਣੇ ਵੱਲੇ ਧਿਆਨ ਮਾਰ ਲਈਏ ਕਿ ਅਸੀਂ ਸਮੇਂ ਦੇ ਅਨੁਸਾਰ ਸੌਂਦੇ ਹਾਂ, ਜਾਗਦੇ ਹਾਂ, ਖਾਂਦੇ ਹਾਂ, ਪੀਂਦੇ ਹਾਂ, ਬਿਲਕੁਲ ਕੋਈ ਸਮਾਂ ਨਹੀਂ। ਕੋਈ ਜੀਵਨ ਵਿੱਚ ਸਾਡੇ ਕੋਈ ਪ੍ਰਾਕਿਰਤਿਕ ਜੀਵਨ ਨਹੀਂ ਹੈ। ਕਦੇ 12 ਵਜੇ ਪ੍ਰਸ਼ਾਦਾ ਛਕ ਲਿਆ, ਕਦੇ 10 ਵਜੇ ਛਕ ਲਿਆ, ਕਦੇ 1 ਵਜੇ ਛਕ ਲਿਆ, ਕਦੇ 8 ਵਜੇ ਸੁੱਤਾ ਕੋਈ ਉੱਠਿਆ, ਕਿਸੇ ਨੇ 9 ਵਜੇ ਉੱਠਣਾ ਹੈ। ਐਸੇ ਐਸੇ ਦੇਖੇ ਜਾਂਦੇ, ਉਹ ਸੌਂਦੇ ਹੀ ਤੜਕੇ ਜਾ ਕੇ ਨੇ, ਸਾਰੀ ਰਾਤ ਤੁਰੇ ਫਿਰਦੇ ਨੇ, ਤੜਕੇ ਜਾ ਕੇ ਸੌਂਦੇ ਨੇ, ਨਹੀਂ। ਇਹ ਸਮਾਂ ਪਰਮਾਤਮਾ ਨੇ ਨਿਯਤ ਕੀਤਾ ਹੋਇਆ। ਦਿਨ ਤੇ ਸਰਪਰ ਪੌਸੀ ਰਾਤ ਰਹਿਣ ਗਈ ਫਿਰ ਹੋਏ ਪ੍ਰਭਾਤ। ਮਾਲਕ ਨੇ ਅੰਮ੍ਰਿਤ ਵੇਲਾ ਬਖਸ਼ਿਸ਼ ਕੀਤਾ ਜਾਗਣ ਵਾਸਤੇ, ਰਾਤ ਦਿੱਤੀ ਹੈ ਸੌਣ ਵਾਸਤੇ, ਪਰ ਅਸੀਂ ਇਸਦੇ ਉਲਟ ਆਪਣਾ ਜੀਵਨ ਬਣਾਇਆ ਹੋਇਆ। ਇਸ ਲਈ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਉਹਨਾਂ ਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ, ਉਹ ਫਿਰ ਪ੍ਰਭੂ ਦੇ ਭਾਣੇ ਦੇ ਅਨੁਸਾਰ ਚੱਲਦੇ ਨੇ, ਉਹ ਉਸ ਸਦਾ ਸਿਰ ਪ੍ਰਭੂ ਦਾ ਰੂਪ ਹੋ ਜਾਂਦੇ ਨੇ। ਭਵਨ ਪਾਣੀ ਬੈ ਸੰਤਰ ਰੋਗੀ, ਰੋਗੀ ਧਰਤ ਸਪੋਗੀ। ਕਹਿੰਦੇ ਨੇ ਸਤਿਗੁਰੂ ਪਾਤਸ਼ਾਹ ਜੀ ਕਿ ਰੋਗ ਕੇਵਲ ਹੋਮੇ ਦਾ ਮਨੁੱਖਾਂ ਨੂੰ ਹੀ ਲੱਗਿਆ ਹੋਇਆ? ਕਹਿੰਦੇ ਨਹੀਂ। ਪੌਣ ਪਾਣੀ ਬੈ ਸੰਤਰ ਰੋਗੀ, ਪੌਣ ਪਾਣੀ ਬੈ ਸੰਤਰ, ਆਪ ਸਮਝਦੇ ਹੋ ਅੱਗ ਵੀ, ਪਾਣੀ ਵੀ, ਹਵਾ ਵੀ, ਇਹ ਸਾਰੇ ਹੀ ਰੋਗੀ ਨੇ। ਇਹਨਾਂ ਵਿੱਚ ਵੀ ਪਰਮਾਤਮਾ ਨੇ ਰੋਗ ਪੈਦਾ ਕੀਤੇ ਹੋਏ ਨੇ। ਮਾਤ ਪਿਤਾ ਮਾਇਆ ਦੇਹੇ ਸੇ ਰੋਗੀ, ਰੋਗੀ ਕੁਟੰਬ ਸੰਜੋਗੀ। ਅਰੋਗੀ ਧਰਤ ਸਭੋਗੀ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਹਵਾ ਵੀ ਰੋਗੀ ਹੈ, ਪਾਣੀ ਵੀ ਰੋਗੀ ਹੈ, ਬੈਸੰਤਰ ਵੀ ਰੋਗੀ ਹੈ, ਤੇ ਧਰਤ ਸਭੋਗੀ, ਜਿਹੜੀ ਧਰਤੀ ਹੈ ਉਹ ਵੀ ਸਾਰੀ ਕਹਿੰਦੇ ਰੋਗੀ ਹੈ। ਸਭੋਗੀ ਭੋਗਾਂ ਦੇ ਸਹਿਤ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਕਿ ਇਹ ਜੋ ਕੁਝ ਵੀ ਅਸੀਂ ਦੇਖਦੇ ਹਾਂ ਨਾ, ਸਾਰੇ ਰੋਗਾਂ ਦੇ ਅਧੀਨ ਹੋਏ ਹੋਏ ਨੇ। ਹੁਣ ਤਾਂ ਅਸੀਂ ਵੀ ਇਹਨਾਂ ਨੂੰ ਰੋਗੀ ਕਰ ਦਿੱਤਾ। ਨਾ ਧਰਤੀ ਸ਼ੁੱਧ ਰਹੀ, ਨਾ ਪਾਣੀ ਸ਼ੁੱਧ ਰਿਹਾ, ਨਾ ਪੌਣ ਸ਼ੁੱਧ ਰਹੀ, ਸਾਰਿਆਂ ਨੂੰ ਅਸੀਂ ਐਸਾ ਪ੍ਰਦੂਸ਼ਣ ਫੈਲਾਇਆ ਹੈ, ਐਸਾ ਵਾਤਾਵਰਣ ਨੂੰ ਗੰਧਲਾ ਕੀਤਾ ਹੈ ਕਿ ਇਹ ਸਾਰੇ ਰੋਗੀ ਹੋਏ ਪਏ ਨੇ। ਜਿਨ੍ਹਾਂ ਨੇ ਸਾਨੂੰ ਜ਼ਿੰਦਗੀ ਦੇਣੀ ਸੀ ਉਹ ਸਾਨੂੰ ਹੁਣ ਮੌਤ ਦੇ ਰਹੇ ਨੇ। ਆਪ ਜੀ ਪੜ੍ਹਦੇ ਹੋ ਪਹਿਲਾਂ, ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋਏ। ਪਾਣੀ ਮਨੁੱਖ ਦਾ ਜੀਵਨ ਹੈ, ਪਰ ਹੁਣ ਪਾਣੀ ਕਰਕੇ ਹੀ ਮਨੁੱਖ ਜਿਹੜਾ ਰੋਗਾਂ ਦੇ ਵਿੱਚ ਗ੍ਰਸਤ ਹੋ ਰਿਹਾ। ਬਠਿੰਡੇ ਤੋਂ ਇੱਕ ਰੋਜ਼ਾਨਾ ਹੀ ਰੇਲ ਗੱਡੀ ਚੱਲਦੀ ਹੈ ਕੈਂਸਰ ਦੇ ਰੋਗੀਆਂ ਦੀ, ਰਾਜਸਥਾਨ ਦੇ ਵਿੱਚ ਜਾ ਕੇ ਇਲਾਜ ਕਰਵਾਉਂਦੇ ਨੇ। ਇਤਨਾ ਜ਼ਿਆਦਾ ਮਾਲਵੇ ਦਾ ਜਿਹੜਾ ਪਾਣੀ ਦੂਸ਼ਿਤ ਹੋ ਚੁੱਕਾ ਹੈ, ਹੁਣ ਤਾਂ ਖੈਰ ਚਾਰ 'ਚ ਫੇਰ ਹੀ ਇਹੀ ਹਾਲ ਹੈ।
ਇਹ ਵੀ ਸਾਰੇ ਰੋਗੀ ਨੇ ਇਹਨਾਂ ਰੋਗਾਂ ਤੋਂ ਮਨੁੱਖ ਨੂੰ ਵੀ ਰੋਗਾਂ ਦੇ ਵਿੱਚ ਖਚਤ ਹੋਣਾ ਪੈ ਰਿਹਾ ਹੈ ਇਸ ਲਈ ਸਤਿਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ ਮਾਤ ਪਿਤਾ ਮਾਇਆ ਦੇਹੇ ਸੇ ਰੋਗੀ ਰੋਗੀ ਕੁਟੰਬ ਸੰਜੋਗੀ ਮਾਤਾ ਪਿਤਾ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਮਾਤ ਪਿਤਾ ਮਾਇਆ ਦੇਹੇ ਸੇ ਰੋਗੀ ਮਾਤ ਪਿਤਾ ਮਾਇਆ ਦੇਹੇ ਸੇ ਰੋਗੀ ਇਹ ਸਾਰੀ ਜਿਤਨੀ ਰਚਨਾ ਹੈ ਨਾ ਇਹ ਮਾਇਆ ਦੀ ਹੈ ਕਿਉਂਕਿ ਜੀਵ ਤੇ ਈਸ਼ਵਰ ਦੀ ਅਭੇਦਤਾ ਇਹ ਕੱਲ ਵੀ ਬੇਨਤੀ ਕੀਤੀ ਸੀ ਪਰ ਜਦੋਂ ਮਾਇਆ ਦੀ ਉਪਾਧੀ ਇਹਦੇ ਵਿੱਚ ਆ ਜਾਂਦੀ ਹੈ ਨਾ ਮਾਇਆ ਦੀ ਉਪਾਧੀ ਕਾਰਨ ਕਰਕੇ ਅਸੀਂ ਆਪਣੇ ਆਪ ਨੂੰ ਅਲਪੱਗ ਪਰਮੇਸ਼ਰ ਨੂੰ ਸਰਬੱਗ ਸਮਝਦੇ ਹਾਂ ਆਪ ਜੰਮਣ ਮਰਨ ਦੇ ਵਿੱਚ ਸਮਝਦੇ ਹਾਂ ਪਰਮੇਸ਼ਰ ਨੂੰ ਜੰਮਣ ਮਰਨ ਤੋਂ ਰਹਿਤ ਸਮਝਿਆ ਜਾਂਦਾ ਹੈ ਇਸ ਲਈ ਸਤਿਗੁਰੂ ਪਾਤਸ਼ਾਹ ਕਹਿੰਦੇ ਮਾਇਆ ਦੀ ਰਚਨਾ ਹੋਣ ਕਰਕੇ ਕਿਉਂਕਿ ਮਾਇਆ ਦੀ ਜਿਹੜੀ ਰਚਨਾ ਹੈ ਨਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਵਨ ਪਵਿੱਤਰ ਬਚਨ ਕਹਿੰਦੇ ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ ਇਹ ਜਗਤ ਦੇ ਮਾਲਕ ਹੈ ਮੇਰੇ ਮਾਲਕ ਸਵਾਮੀ ਪ੍ਰਭੂ ਇਸ ਮਾਇਆ ਨੇ ਮੈਨੂੰ ਤੇਰੇ ਚਰਨ ਵਿਸਾਰ ਭੁਲਾ ਦਿੱਤੇ ਨੇ ਇਸ ਮਾਇਆ ਦੇ ਪ੍ਰਭਾਵ ਕਰਕੇ ਮੈਂ ਤੇਰੇ ਚਰਨਾਂ ਨਾਲੋਂ ਟੁੱਟ ਗਿਆ ਹਾਂ ਇਸੇ ਲਈ ਸਾਡੀ ਜਿਹੜੀ ਬਿਰਤੀ ਅਵਸਥਾ ਬਣੀ ਹੋਈ ਹੈ ਨਾ ਦਾਤ ਪਿਆਰੀ ਵਿਸਰਿਆ ਦਾ ਤਾਰਾ ਸਾਨੂੰ ਦਾਤਾਂ ਪਿਆਰੀਆਂ ਨੇ ਮਾਲਕ ਸਾਨੂੰ ਵਿਸਰਿਆ ਹੋਇਆ ਪਿਆਰਾ ਨਹੀਂ ਲੱਗਦਾ ਮਾਤਾ ਪਿਤਾ ਸਮਝਦੇ ਨੇ ਇਹ ਧੀਆਂ ਪੁੱਤਰ ਮੇਰੇ ਨੇ ਧੀਆਂ ਪੁੱਤਰ ਸਮਝਦੇ ਨੇ ਇਹ ਮੇਰੇ ਮਾਤਾ ਪਿਤਾ ਨੇ ਇਹ ਮੇਰੇ ਸੰਬੰਧੀ ਨੇ ਇਹ ਕੁਟੰਬੀ ਨੇ ਕਿਉਂਕਿ ਅਸੀਂ ਉਸ ਮਾਲਕ ਨੂੰ ਵਿੱਚੋਂ ਮਨਫੀ ਕਰ ਦਿੱਤਾ ਹੈ ਜਿਸ ਮਾਲਕ ਦੇ ਕਾਰਨ ਸਾਡੇ ਸਾਰੇ ਸੰਬੰਧ ਬਣੇ ਨੇ ਅਸੀਂ ਤਾਂ ਨਹੀਂ ਨਾ ਸੰਬੰਧ ਬਣਾਏ ਕਿ ਇਹ ਮੈਨੂੰ ਮਾਤਾ ਇਹ ਚਾਹੀਦੀ ਹੈ ਇਹ ਪਿਤਾ ਚਾਹੀਦਾ ਹੈ ਇਹ ਭਾਈ ਚਾਹੀਦੀ ਹੈ ਭਾਈ ਚਾਹੀਦਾ ਨਹੀਂ ਇਹ ਉਸ ਮਾਲਕ ਨੇ ਬਖਸ਼ਿਸ਼ ਕੀਤੇ ਨੇ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤ ਹੈ ਕੋ ਨਾ ਸਹਾਈ ਇਹ ਤੇ ਪੂਰਬਲੇ ਜਨਮਾਂ ਦੇ ਸੰਯੋਗ ਕਰਕੇ ਨੇ ਕਾ ਕੋ ਮਾਤ ਪਿਤਾ ਸੁੱਤ ਧੀਆ ਗ੍ਰਹਿ ਬਨਤਾ ਕਸ਼ ਸੰਗ ਨਾ ਲੀਆ ਇਹ ਨਾਲ ਜਾਣ ਵਾਲਾ ਕੁਝ ਵੀ ਨਹੀਂ ਇਹਨਾਂ ਦੇ ਵਿੱਚ ਇਸ ਲਈ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮਾਤ ਪਿਤਾ ਮਾਤਾ ਵੀ ਪਿਤਾ ਵੀ ਮਾਇਆ ਦੇਹ ਸੇ ਰੋਗੀ ਮਾਇਆ ਦੇ ਸੰਬੰਧ ਕਾਰਨ ਕਰਕੇ ਇਹ ਸਰੀਰ ਦੇ ਜਿਤਨੇ ਵੀ ਸਰੀਰ ਨੇ ਨਾ ਉਹ ਸਾਰੇ ਰੋਗੀ ਨੇ ਸਰੀਰ ਤੇ ਰੋਗਾਂ ਦਾ ਮੁਜੱਸਮਾ ਬਣਿਆ ਹੋਇਆ ਇਸ ਲਈ ਸਾਹਿਬ ਕਹਿੰਦੇ ਰੋਗੀ ਕੁਟੰਬ ਸੰਜੋਗੀ ਜਿਤਨਾ ਸਾਰਾ ਕੁਟੰਬ ਹੈ ਕੁਟੰਬ ਕਹਿੰਦੇ ਨੇ ਪਰਿਵਾਰ ਜੀ ਦੇ ਵਿੱਚ ਮਾਤਾ ਪਿਤਾ ਭੈਣ ਭਾਈ ਪੁੱਤਰ ਧੀਆਂ ਸਾਰਾ ਕੁਟੰਬ ਆ ਜਾਂਦਾ ਹੈ ਪਰਿਵਾਰ ਦੇ ਮੁਜੱਸਮੇ ਨੂੰ ਕੁਟੰਬ ਕਿਹਾ ਗਿਆ ਪਰਿਵਾਰ ਦੇ ਇਕੱਠ ਨੂੰ ਕੁਟੰਬ ਕਿਹਾ ਗਿਆ ਇਸ ਲਈ ਮੇਰੇ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਇਹ ਜਿਤਨਾ ਵੀ ਸਾਰਾ ਪਰਿਵਾਰ ਹੈ ਨਾ ਸਾਰਾ ਸੰਯੋਗ ਹੈ ਮਾਤਾ ਪਿਤਾ ਦੇ ਆਦੇ ਕਰਕੇ ਇਹ ਸਾਰੇ ਹੀ ਹਉਮੈ ਦੇ ਰੋਗ ਵਿੱਚ ਰੋਗੀ ਹੋਏ ਹੋਏ ਨੇ ਇਹਨਾਂ ਸਾਰਿਆਂ ਨੂੰ ਹਉਮੈ ਦਾ ਰੋਗ ਲੱਗਿਆ ਹੋਇਆ ਕੋਈ ਸਰੀਰ ਕਰਕੇ ਤੰਦਰੁਸਤ ਹੋ ਸਕਦਾ ਮਨ ਕਰਕੇ ਸਾਰਿਆਂ ਤੋਂ ਭਿਆਨਕ ਰੋਗੀ ਹੋਵੇ ਉਹ ਕਿਵੇਂ ਵੇਦ ਪੜ੍ਹੇ ਪਰ ਪੰਡਿਤ ਮੂਏ ਰੂਪ ਦੇਖ ਦੇਖ ਨਾਰੀ ਕਿਸੇ ਨੂੰ ਵਿਦਿਆ ਦਾ ਹੰਕਾਰ ਹੈ ਕਿਸੇ ਨੂੰ ਆਪਣੀ ਸੁੰਦਰਤਾ ਦਾ ਹੰਕਾਰ ਹੈ ਕਿਸੇ ਨੂੰ ਆਪਣੀ ਪਦਵੀ ਦਾ ਹੰਕਾਰ ਹੈ ਕਿਸੇ ਨੂੰ ਆਪਣੀ ਮਾਇਆ ਦਾ ਹੰਕਾਰ ਹੈ ਹੰਕਾਰ ਅੰਦਰ ਵਸਿਆ ਹੋਇਆ ਮਨੁੱਖ ਦਾ ਦੇਖਣ ਨੂੰ ਬਾਹਰੋਂ ਬਹੁਤ ਅੱਛਾ ਲੱਗਦਾ ਹੈ ਬਹੁਤ ਤੰਦਰੁਸਤ ਲੱਗਦਾ ਹੈ ਪਰ ਅੰਦਰੋਂ ਉਸ ਨੂੰ ਮਾਇਆ ਦੇ ਹਉਮੈ ਦੇ ਰੋਗ ਨੇ ਖੋਖਲਾ ਕੀਤਾ ਹੋਇਆ ਰੋਗੀ ਬ੍ਰਹਮਾ ਬਿਸਨਸ ਰੁਦਰਾ ਰੋ
ਜੋਗੀ ਸਗਲ ਸੰਸਾਰਾ ਇੱਥੇ ਬਸ ਨਹੀਂ ਕਹਿੰਦੇ ਮਨੁੱਖ ਦੀ ਤੇ ਗਮਤਾ ਹੀ ਕੀ ਹੈ ਜਿਵੇਂ ਆਮ ਪੰਜਾਬੀ ਦੀ ਕਹਾਵਤ ਹੈ ਨਾ ਕਿਸ ਬਾਗ ਦੀ ਮੂਲੀ ਹੈ ਮਨੁੱਖ ਵਿਚਾਰਾ ਕੀ ਹੈ ਇਸਦੀ ਪਾਇਆ ਹੀ ਕੀ ਹੈ ਗੁਰਦੇਵ ਪਾਤਸ਼ਾਹ ਜੀ ਤਾਂ ਬਖਸ਼ਿਸ਼ ਕਰਕੇ ਸਾਨੂੰ ਸਮਝਾ ਰਹੇ ਨੇ ਰੋਗੀ ਬ੍ਰਹਮਾ ਵਿਸ਼ਨ ਸੁਰੁਦਰਾ ਰੋਗੀ ਸਗਲ ਸੰਸਾਰ ਬ੍ਰਹਮ ਵਿਸ਼ਨ ਸੁਰੁਦਰਾ ਸ਼ਿਵ ਆਦਿਕ ਜਿਹੜੇ ਨੇ ਇਹ ਤਿੰਨੇ ਜਿਹੜੇ ਨੇ ਬ੍ਰਹਮਾ ਵਿਸ਼ਨੂ ਸ਼ਿਵ ਆਦਿਕ ਜਿਹੜੇ ਨੇ ਇਹ ਵੀ ਸਾਰੇ ਰੋਗੀ ਨੇ ਰਜੋ ਤਮੋ ਸਤੋ ਇਹ ਤਿੰਨ ਗੁਣ ਨੇ ਇਹ ਤਿੰਨੇ ਗੁਣ ਬ੍ਰਹਮਾ ਵਿਸ਼ਨੂੰ ਤੇ ਮਹੇਸ਼ ਨੇ ਕਹਿੰਦੇ ਇਹ ਸਾਰੇ ਜਿਤਨੇ ਨੇ ਬ੍ਰਹਮਾ ਵਿਸ਼ਨੂੰ ਸੁਰੁਦਰਾ ਰੋਗੀ ਸਗਲ ਸੰਸਾਰ ਇਹ ਸਾਰੇ ਦੇਵਤੇ ਵੀ ਰੋਗੀ ਨੇ ਇਹਨਾਂ ਵਿੱਚ ਅਸਹਿਤਾ ਅਖਹਿਤਾ ਈਰਖਾ ਆਦਿਕ ਜਿਹੜੇ ਰੋਗ ਨੇ ਨਾ ਬੜੇ ਭਿਆਨਕ ਰੋਗ ਨੇ ਇਹਨਾਂ ਨੂੰ ਹੋਮੇ ਦੇ ਰੋਗ ਨੇ ਇਹਨਾਂ ਦੇ ਤੁਸੀਂ ਜੋ ਮਿਥਿਹਾਸ ਦੇ ਵਿੱਚ ਇਤਿਹਾਸ ਲਿਖਿਆ ਹੋਇਆ ਪੜ੍ਹ ਕੇ ਦੇਖੋ ਕਿੰਨਾ ਕਿੰਨਾ ਇਹਨਾਂ ਦੇ ਜੀਵਨ ਵਿੱਚ ਉਪਦਰਵ ਲਿਖਿਆ ਹੋਇਆ ਵਿਦਵਾਨਾਂ ਨੇ ਇਸ ਲਈ ਜਿਤਨਾ ਸਾਰਾ ਸੰਸਾਰ ਹੈ ਰੋਗੀ ਸਗਲ ਸੰਸਾਰਾ ਸਾਰਾ ਸੰਸਾਰ ਰੋਗੀ ਹੈ ਰੋਗ ਨਾਲ ਗ੍ਰਸਿਆ ਹੋਇਆ ਹੈ ਦੇਵਤੇ ਰੋਗੀ ਨੇ ਮਨੁੱਖ ਰੋਗੀ ਨੇ ਜੋ ਜੋ ਅਸੀਂ ਦੇਖਦੇ ਹਾਂ ਨਾ ਦੁਨੀਆਂ ਦੇ ਉੱਤੇ ਸਰੂਪ ਕਰਕੇ ਸਾਰਾ ਹੀ ਰੋਗ ਦੇ ਵਿੱਚ ਖੱਚਤ ਹੈ ਹਰ ਪਦ ਚੀਨ ਪਏ ਸੇ ਮੁਕਤੇ ਗੁਰ ਕਾ ਸ਼ਬਦ ਵਿਚਾਰਾ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਇਹਦਾ ਭਾਵ ਜੀ ਦੇਵਤੇ ਵੀ ਰੋਗੀ ਨੇ ਮਨੁੱਖ ਵੀ ਰੋਗੀ ਹੈ ਪੌਣ ਪਾਣੀ ਅਗਨੀ ਆਕਾਸ਼ ਵੀ ਰੋਗੀ ਹੈ ਤੇ ਫਿਰ ਸਾਰਾ ਹੀ ਰੋਗੀ ਰੋਗ ਤੋਂ ਕੋਈ ਰਹਿਤ ਹੈ ਹੀ ਨਹੀਂ ਕੋਈ ਹਰਿਆ ਬੂਟ ਰਹੇ ਰੀ ਦੀ ਗੱਲ ਸਤਿਗੁਰੂ ਪਾਤਸ਼ਾਹ ਜੀ ਸਮਝਾ ਰਹੇ ਨੇ ਕਿ ਇਤਨਾ ਕੁਝ ਹੋਣ ਦੇ ਬਾਵਜੂਦ ਵੀ ਸਤਿਗੁਰਾਂ ਦੀ ਬਖਸ਼ਿਸ਼ ਹੈ ਰਹਿਮਤ ਹੈ ਉਹ ਕੀ ਹੈ ਕਿ ਹਰ ਪਦ ਚੀਨ ਭਏ ਸੇ ਮੁਕਤੇ ਬਿਲਕੁਲ ਸਪਸ਼ਟ ਵਚਨ ਹੈ ਗੁਰੂ ਪਾਤਸ਼ਾਹ ਜੀ ਦਾ ਕਿ ਹਰ ਪਦ ਚੀਨ ਜਿਹੜੇ ਹਰੀ ਪਰਮਾਤਮਾ ਦੇ ਪਦ ਨੂੰ ਉਪਦੇਸ਼ ਨੂੰ ਚੀਨ ਲੈਂਦੇ ਨੇ ਜਾਣ ਲੈਂਦੇ ਨੇ ਸਮਝ ਲੈਂਦੇ ਨੇ ਚੀਨ ਨਾਮ ਹੁੰਦਾ ਜਾਣਨ ਦਾ ਜਿਹੜੇ ਪਛਾਣ ਲੈਂਦੇ ਨੇ ਜਾਣ ਲੈਂਦੇ ਨੇ ਹਰੀ ਪਰਮਾਤਮਾ ਦੇ ਉਪਦੇਸ਼ ਨੂੰ ਗੁਰੂ ਦੇ ਉਪਦੇਸ਼ ਨੂੰ ਕਿਉਂਕਿ ਪਹਿਲੋਂ ਬੇਨਤੀ ਕੀਤੀ ਹੈ ਕਿ ਗੁਰੂ ਕਾ ਬਚਨ ਗੁਰੂ ਕਾ ਉਪਦੇਸ਼ ਜਿਹੜਾ ਹੈ ਇਸ ਹੋਮੇ ਦੇ ਰੋਗ ਦਾ ਇਲਾਜ ਹੈ ਤੇ ਜਿਨ੍ਹਾਂ ਨੇ ਹਰ ਪਦ ਨੂੰ ਚੀਨ ਲਿਆ ਜਾਣ ਲਿਆ ਸਮਝ ਲਿਆ ਕਹਿੰਦੇ ਭੈ ਸੇ ਮੁਕਤੇ ਉਹ ਇਸ ਰੋਗ ਤੋਂ ਹੋਮੇ ਦੇ ਰੋਗ ਤੋਂ ਮੁਕਤ ਹੋ ਗਏ ਨੇ ਤੇ ਮੁਕਤ ਕਿਵੇਂ ਹੋਏ ਗੁਰ ਕਾ ਸ਼ਬਦ ਵਿਚਾਰ ਜਦੋਂ ਉਹਨਾਂ ਨੇ ਗੁਰੂ ਕੇ ਸ਼ਬਦ ਦੀ ਵਿਚਾਰ ਕੀਤੀ ਜਦੋਂ ਗੁਰੂ ਦੇ ਸ਼ਬਦ ਦੀ ਵਿਚਾਰ ਨੂੰ ਆਪਣੇ ਜੀਵਨ ਵਿੱਚ ਧਾਰਨ ਕਰ ਲਿਆ ਜੀਵਨ ਵਿੱਚ ਉਹਨਾਂ ਨੇ ਵਸਾ ਲਿਆ ਕਿਉਂਕਿ ਜਦੋਂ ਗੁਰੂ ਦੀ ਵਿਚਾਰ ਜੀਵਨ ਵਿੱਚ ਆ ਜਾਂਦੀ ਹੈ ਨਾ ਤੇ ਮਨੁੱਖ ਫਿਰ ਵਿਕਾਰਾਂ ਦੇ ਵਿੱਚ ਵਿਸ਼ਿਆਂ ਦੇ ਵਿੱਚ ਗਲਤ ਸੁਸਾਇਟੀ ਵਿੱਚ ਨਹੀਂ ਪੈਂਦਾ ਫਿਰ ਗੁਰੂ ਉਸ ਨੂੰ ਨਾ ਤਾਂ ਨਸ਼ੇ ਕਰਨ ਦਾ ਹੁਕਮ ਦਿੰਦਾ ਨਾ ਮਾੜੀ ਸੰਗਤ ਵਿੱਚ ਜਾਣ ਦਾ ਹੁਕਮ ਦਿੰਦਾ ਫਿਰ ਤਾਂ ਗੁਰੂ ਦੇ ਉਪਦੇਸ਼ ਦੇ ਅਨੁਸਾਰ ਗੁਰੂ ਕੀ ਸੰਗਤ ਵਿੱਚ ਆਉਣ ਦਾ ਸੁਭਾਗ ਪ੍ਰਾਪਤ ਹੋ ਜਾਂਦਾ ਹੈ ਇਸ ਲਈ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ ਅਖੀਰਲੀ ਪੰਕਤੀ ਵਿੱਚ ਕਿ ਗੁਰੂ ਕਾ ਸ਼ਬਦ ਵਿਚਾਰਨਾ ਗੁਰੂ ਦੇ ਉਪਦੇਸ਼ ਨੂੰ ਪੜ੍ਹਨਾ ਸੁਣਨਾ ਵਿਚਾਰਨਾ ਕਿਉਂਕਿ ਕੇਵਲ ਪੜ੍ਹਨ ਸੁਣਨ ਤੱਕ ਸੀਮਤ ਨਹੀਂ ਰਹਿਣਾ ਆਖੇ ਮੀਚੇ ਗਾਏ ਸੁਣੇ ਪਾਈਆ ਨਾ ਪਰਮ ਪਦ ਗੁਰ ਉਪਦੇਸ਼ ਗਹਿ ਜੋ ਲਓ ਨਾ ਕਮਾਈਐ ਅੱਖਾਂ ਮੀਚ ਕੇ ਗਾ ਲੈਣਾ ਸੁਣ ਲੈਣਾ ਪੜ੍ਹ ਲੈਣਾ ਪਰਮ ਪਦਵੀ ਦੀ ਪ੍ਰਾਪਤੀ ਨਹੀਂ ਹੋ ਸਕਦੀ ਇਹ ਤਾਂ ਗੁਰੂ ਦੇ ਉਪਦੇਸ਼ ਨੂੰ ਕਮਾਉਣ ਦੀ ਜ਼ਰੂਰਤ ਪੈਂਦੀ ਹੈ ਗੁਰੂ ਦੇ ਉਪਦੇਸ਼ ਨੂੰ ਮਨ ਵਿੱਚ ਵਸਾਉਣ ਦੀ ਜ਼ਰੂਰਤ ਪੈਂਦੀ ਹੈ ਗੁਰੂ ਬਖਸ਼ਿਸ਼ ਕਰਕੇ ਰਹਿਮਤ ਕਰਨ ਸਤਿਗੁਰੂ ਜੀ ਗੁਰੂ ਦਾ ਬਚਨ ਸਾਡੇ ਹਿਰਦੇ ਵਿੱਚ ਵਸ ਜਾਏ
ਗੁਰੂ ਦੇ ਅਨੁਸਾਰੀ ਜੀਵਨ ਬਣ ਜਾਏ। ਦਾਸ ਧੰਨਵਾਦੀ ਹੈ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ, ਜੀ ਕੇ ਸਾਹਿਬ ਸਮੁੱਚੀ ਪ੍ਰਬੰਧਕ ਕਮੇਟੀ, ਗੁਰੂ ਕੇ ਸਮੁੱਚੇ ਸਟਾਫ ਦਾ। ਦਾਸ ਨੂੰ 2 ਦਿਨ ਗੁਰੂ ਕੀ ਸੰਗਤ ਦੇ ਚਰਨ ਪਰਸਨ ਦਾ ਸੁਭਾਗ ਬਖਸ਼ਿਸ਼ ਕੀਤਾ ਹੈ, ਹੋਈਆਂ ਭੁੱਲਾਂ ਮੇਰੀਆਂ ਸਮਝ ਕੇ ਖਿਮਾ ਕਰ ਦੇਣੀ, ਅਰਦਾਸ ਕਰਨੀ ਸਤਿਗੁਰੂ ਪਾਤਸ਼ਾਹ ਜੀ ਆਪ ਆਪਣੀ ਅੰਮ੍ਰਿਤਮਈ ਬਾਣੀ ਦੀ ਵਿਚਾਰ ਕਰਵਾ ਲੈਣ, ਹੋਈਆਂ ਭੁੱਲਾਂ ਨਾ ਚਿਤਾਰਦੇ ਹੋਏ। ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਲੀ